ਬਿਨ ਬੇਰੀ ਕਰ ਪਾਰ ਸਤਗੁਰ ਮਮ ਬੇਰੀ ਕਟ ਹੋ ਨਿਜ ਬੇਰੀ ਪਰ ਚਾਰ ਇਹ ਬੇਰੀ ਹੋਏ ਭਾਵ ਸਫਲ ਬਿਨ ਬੇਰੀ ਕਰ ਪਾਰ ਏਕੰਕਾਰਾ ਸਤਿਗੁਰੂ ਤੇਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਬਿਗਨ ਬਿਨਾਸ਼ਨ ਸੋਏ। ਧੰਨ ਧੰਨ ਸਤਿਗੁਰੂ ਗਰੀਬ ਨਿਵਾਜ ਦੀਨ ਦੁਨੀਆਂ ਦੇ ਮਾਲਕ ਚਬਰ ਛਤਰ ਤਖਤ ਦੇ ਮਾਲਕ ਸਮਰੱਥ ਗੁਰੂ ਪ੍ਰਤੱਖ ਗੁਰੂ ਦੀਨ ਦਿਆਲ ਕਿਰਪਾਲ ਅੰਤਰਜਾਮੀ ਪੂਰਨ ਪਰ ਬ੍ਰਹਮ ਪਰਮੇਸ਼ਰ ਸੁਖਾਂ ਦੇ ਸਾਗਰ ਵਾਹਿਗੁਰੂ ਅਕਾਲ ਪੁਰਖ ਸਵਰੂਪ ਸੱਚੇ ਪਾਤਸ਼ਾਹ ਦਾਸਾਂ ਗਰੀਬਾਂ ਸਿੱਖਾਂ ਸੇਵਕਾਂ ਉੱਤੇ ਕਿਰਪਾ ਕਰਨ ਵਾਲੇ ਬਖਸ਼ਿਸ਼ਾਂ ਕਰਨ ਵਾਲੇ ਸਤਿਗੁਰੂ ਸੱਚੇ ਪਾਤਸ਼ਾਹ ਧੰਨ 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 ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਆਓ ਆਪ ਜਿਤਨੀ ਵੀ ਸੰਗਤ ਸਤਿਗੁਰੂ ਜੀ ਦੇ ਚਰਨਾਂ ਵਿੱਚ ਸੁਭਾਈਮਾਨ ਹੋ ਦੋਵੇਂ ਹੱਥ ਜੋੜ ਕੇ ਪਿਆਰ ਨਾਲ ਗੱਜ ਕੇ ਕਹੋ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰੂ ਜੀ ਦੀ ਪਵਿੱਤਰ ਪਾਵਨ ਹਾਜ਼ਰੀ ਵਿਖੇ ਸੁਭਾਈਮਾਨ ਸਾਧ ਸੰਗਤ ਜੀ ਗੱਜ ਕੇ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਜ਼ੂਰ ਸੱਚੇ ਪਾਤਸ਼ਾਹ ਗਰੀਬ ਨਿਵਾਜ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜਗਤ ਜਲੰਦੇ ਨੂੰ ਤਾਰਨ ਹਾਰੇ। ਸਤਿਗੁਰੂ ਜੀ ਦੀ ਮਹਾਨ ਪਵਿੱਤਰ ਕਥਾ ਆਪ ਜੀ ਸਿੱਖ ਸੰਗਤਾਂ ਇਸ ਸਥਾਨ 'ਤੇ ਸੱਜ ਕੇ ਦੇਸ਼ਾਂ ਵਿਦੇਸ਼ਾਂ ਵਿੱਚ ਹਜ਼ਾਰਾਂ ਲੱਖਾਂ ਸੰਗਤਾਂ ਬੜੇ ਪਿਆਰ ਨਾਲ ਆਪੋ ਆਪਣੇ ਘਰਾਂ ਵਿੱਚ ਜਿੱਥੇ ਜਿੱਥੇ ਗੁਰੂ ਜੀ ਨੇ ਥਾਂ ਬਖਸ਼ਿਸ਼ ਕੀਤੀ ਹੈ ਉਸ ਥਾਂ 'ਤੇ ਬੈਠ ਕੇ ਤੁਸੀਂ ਗੁਰੂ ਜੀ ਦਾ ਜਸ ਸੁਣਦੇ ਹੋ। ਸਤਿਗੁਰੂ ਜੀ ਦੀ ਜਿਹੜੀ ਕਥਾ ਹੈ ਇਹ ਤਾਂ ਹੀ ਸੁਣੀ ਜਾ ਸਕਦੀ ਹੈ ਜੇ ਸਤਿਗੁਰੂ ਜੀ ਉੱਤੇ ਭਰੋਸਾ ਹੋਵੇ, ਜੇ ਮਹਾਰਾਜ ਜੀ ਉੱਤੇ ਭਾਵਨਾ ਹੋਵੇ। ਭਾਈ ਸੰਤੋਖ ਸਿੰਘ ਜੀ ਉੱਤੇ ਸਤਿਗੁਰੂ ਨੇ ਬੜੀ ਵੱਡੀ ਕਿਰਪਾ ਕਰਕੇ ਇਹ ਗ੍ਰੰਥ ਲਿਖਵਾਇਆ। ਸਾਧ ਸੰਗਤ ਜੀ, ਹਜ਼ੂਰ ਮਹਾਰਾਜ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਦਾ ਮਹਾਨ ਪਵਿੱਤਰ ਜਸ ਕੱਲ੍ਹ ਆਪ ਜੀ ਨੇ ਸਰਵਣ ਕੀਤਾ। ਸਤਿਗੁਰੂ ਜੀ ਚੱਲਦੇ ਚੱਲਦੇ ਜਿੱਥੇ ਜੀਵਾਂ ਦਾ ਭਲਾ ਕੀਤਾ ਉੱਥੇ ਉਸ ਰਾਕਸ਼ਾਂ ਨੂੰ ਵੀ ਮਹਾਰਾਜ ਸੱਚੇ ਪਾਤਸ਼ਾਹ ਨੇ ਨਾਮ ਜਪਣ ਵਾਲੇ ਪਾਸੇ ਲਾਇਆ ਜੀ। ਇਸ ਸੰਸਾਰ ਦਾ ਸਭ ਤੋਂ ਜ਼ਰੂਰੀ, ਸਭ ਤੋਂ ਵਧੀਆ, ਸਭ ਤੋਂ ਉੱਤਮ ਕੰਮ ਹੈ ਪਰਮੇਸ਼ਰ ਦੀ ਬੰਦਗੀ ਕਰਨੀ ਜੀ।
ਕਲ ਮਹਿ ਇਹੋ ਪੁੰਨ ਗੁਣ ਗੋਬਿੰਦ ਗਾਹੇ। ਕਲਯੁਗ ਦੇ ਵਿੱਚ ਸਭ ਤੋਂ ਉੱਤਮ ਪੁੰਨ ਕੀ ਹੈ? ਵਾਹਿਗੁਰੂ 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 ਗੋਬਿੰਦ ਵਾਹਿਗੁਰੂ ਦੇ ਗੁਣ ਗਾਉਣੇ। ਆਪ ਜੀ ਨੇ ਸਰਵਣ ਕੀਤਾ, ਇਸ ਉੱਤਮ ਕਾਰੇ ਮਹਾਰਾਜ ਨੇ ਉਹਨਾਂ ਪੁਰਸ਼ਾਂ ਨੂੰ ਲਾਇਆ ਜਿਹੜੇ ਬੰਦਿਆਂ ਨੂੰ ਵੱਢ ਵੱਢ ਖਾਈ ਜਾਂਦੇ ਸਨ ਜੀ। ਅੱਜ ਜਿਹੜੀ ਕਥਾ ਤੁਸੀਂ ਸੁਣਨੀ ਹੈ, ਹੁਣ ਉਹ ਕੈਟਾਗਰੀ ਨੂੰ ਨਿਹਾਲ ਕਰਨਾ ਜਿਹੜੇ ਬੰਦਾ ਸਬੂਤਾਂ ਨਿਗਾਹ ਜਾਂਦੇ ਸਨ ਜੀ। ਤੁਸੀਂ ਆਖੋਗੇ ਕਿਵੇਂ, ਸੰਗਤ ਜੀ ਧਰਤੀ ਹੋਰ ਪਰ ਹੋਰ ਹੋਰ ਤਿਸਤੇ ਭਾਰ ਤਲੈ ਕਵਣ ਜੋਰ। ਧਰਤੀ ਪਰੇ ਤੋਂ ਪਰੇ ਹੈ, ਜੀਵ ਵੀ ਪਰੇ ਤੋਂ ਪਰੇ ਹੈ। ਸਾਨੂੰ ਸਾਰਿਆਂ ਦੀ ਸੋਝੀ ਨਹੀਂ ਹੁੰਦੀ, ਬੰਦਾ ਆਪਣੇ ਤੱਕ ਸੀਮਤ ਹੈ। ਇਸ ਕਰਕੇ ਬੰਦਾ ਕਹਿ ਦਿੰਦਾ ਵੀ ਜੋ ਮੈਂ ਹਾਂ ਉਹ ਹੀ ਠੀਕ ਹੈ, ਇਹਦੇ ਤੋਂ ਉੱਤੇ ਕੁਝ ਵੀ ਨਹੀਂ ਹੈ। ਹਜ਼ੂਰ ਮਹਾਰਾਜ ਉਹਨਾਂ ਨੂੰ ਕਾਰੇ ਲਾ ਕੇ ਬਨ ਮਾਨਸਾਂ ਦੇ ਕੋਲ ਗਏ, ਆਦਿ ਮਾਨਵਾਂ ਦੇ ਕੋਲ। ਉਹਨਾਂ ਵਿੱਚੋਂ ਇੱਕ ਨੇ ਸਤਿਗੁਰੂ ਨੂੰ ਫਲ ਭੇਟਾ ਕੀਤੇ, ਦੂਰੋਂ ਹੀ ਫਲ ਭੇਟਾ ਕਰਕੇ ਚਲੇ ਗਿਆ, ਨੇੜੇ ਨਹੀਂ ਆਇਆ। ਦਰਸ਼ਨ ਦਿੱਤੇ ਮਹਾਰਾਜ ਨੇ ਉਹਨਾਂ ਨੂੰ, ਅੱਗੇ ਚੱਲੇ। ਤਿੰਨ ਦਿਨ ਲਗਾਤਾਰ ਸਤਿਗੁਰੂ ਤੁਰਦੇ ਰਹੇ ਸਮੁੰਦਰ 'ਤੇ। ਇੱਕ ਇਹੋ ਜਿਹੀ ਧਰਤੀ ਆਈ ਜਿੱਥੇ ਜੰਗਲ ਤਾਂ ਬੜਾ ਵੱਡਾ ਹੈ, ਫਲ ਵੀ ਬੜੇ ਆ ਅਤੇ ਫੁੱਲ ਵੀ ਬੜੇ ਆ, ਪਰ ਕੋਈ ਜੀਵ ਨਹੀਂ ਹੈ, ਕੋਈ ਪੰਛੀ ਪਰਿੰਦਾ ਨਹੀਂ ਰਹਿੰਦਾ, ਮਨੁੱਖ ਵੀ ਨਹੀਂ ਰਹਿੰਦੇ, ਜਾਨਵਰ ਵੀ ਨਹੀਂ ਰਹਿੰਦੇ। ਭਾਈ ਮਰਦਾਨਾ ਜੀ ਤਿੰਨ ਦਿਨਾਂ ਦੇ ਤੁਰੇ ਤੁਰੇ ਥੱਕ ਗਏ। ਭਾਈ ਮਰਦਾਨਾ ਜੀ ਸਤਿਗੁਰੂ ਨੂੰ ਕਹਿੰਦੇ, ਮਹਾਰਾਜ ਮੇਰੇ 'ਤੇ ਕਿਰਪਾ ਕਰੋ ਅਤੇ ਮੈਂ ਮਹਾਰਾਜ ਸੱਚੇ ਪਾਤਸ਼ਾਹ ਫਲ ਛਕਣਾ। ਮਹਾਰਾਜ ਕਹਿੰਦੇ, ਮਰਦਾਨਿਆ ਇਹ ਛਕਣ ਵਾਲੇ ਨਹੀਂ ਹੈਗੇ, ਇੱਥੇ ਸੁੰਨਸਾਨ ਹੈ, ਬੜਾ ਭਿਆਨਕ ਥਾਂ ਹੈ। ਭਾਈ ਮਰਦਾਨਾ ਜੀ ਨੇ ਬਚਨ ਨਹੀਂ ਮੰਨਿਆ, ਭਾਈ ਮਰਦਾਨਾ ਜੀ ਛੱਕ ਗਏ ਅਤੇ ਛਕਣ ਤੋਂ ਬਾਅਦ ਇੱਕ ਬਹੁਤ ਭਿਆਨਕ ਆਵਾਜ਼ ਆਈ ਔਰ ਬਹੁਤ ਭਿਆਨਕ ਮਾਨਵ ਸਤਿਗੁਰੂ ਜੀ ਦੇ ਸਾਹਮਣੇ ਆਇਆ ਜੀ। ਅਰਦਾਸ ਬੇਨਤੀ ਕਰੇ, ਪਹਿਲਾਂ ਆਖਿਆ ਇਸ ਧਰਤੀ 'ਤੇ ਬਹੁਤ ਕੁਝ ਹੈ। ਆ ਇੱਕ ਹਿੰਦੀ ਪਿਕਚਰ ਕੱਢੀ ਸੀਗੀ, ਜਜੰਤਰਮ ਮਮੰਤਰਮ। ਬੰਦਾ ਆਮ ਫਿਲਮ 'ਤੇ ਮੰਨ ਲਏਗਾ, ਉਹਦੀ ਸਟੋਰੀ ਭਾਵੇਂ ਝੂਠੀ ਹੋਵੇ ਉਹ ਮੰਨ ਲਏਗਾ, ਗੁਰੂ ਦੀ ਸੱਚੀ ਕਥਾ ਵੀ ਮੰਨਣ ਵਾਸਤੇ ਤਿਆਰ ਨਹੀਂ ਹੈਗਾ। ਉਹਦੇ ਵਿੱਚ ਕੀ ਨਿੱਕੀ ਨਿੱਕੀ ਦੁਨੀਆ ਵਿਖਾਈ, ਸਾਰੀ ਨਿੱਕੀ ਨਿੱਕੀ ਦੁਨੀਆ। ਅਤੇ ਜੇ ਵਾਹਿਗੁਰੂ ਨੇ ਨਿੱਕੀ ਨਿੱਕੀ ਬਣਾਈ ਹੈ ਤਾਂ ਰੱਬ ਨੇ ਵੱਡੀ ਵੱਡੀ ਵੀ ਬੜੀ ਬਣਾਈ ਹੈ ਜੀ, ਬੜੀ ਬੜੀ ਵੱਡੀ ਵੀ ਬਣਾਈ ਹੈ। ਔਰ ਤੁਸੀਂ ਹੁਣ ਵੀ ਆਪਾਂ ਵੇਖੀਏ ਵੀ 6-6.5 ਫੁੱਟ ਤੱਕ ਕਿਸੇ ਦਾ ਕੱਦ ਜਾਣਾ ਬੜੀ ਵੱਡੀ ਗੱਲ ਹੈ। 7-7 ਫੁੱਟ ਦੇ ਵੀ ਉੱਚੇ ਹੈਗੇ, 7.5-7.7 ਫੁੱਟ ਦੇ ਵੀ ਉੱਚੇ ਹੈਗੇ, ਬੜੇ ਬੜੇ ਉੱਚੇ ਲੰਬੇ ਲੰਬੇ ਸਿੰਘ ਹੈਗੇ। ਔਰ ਇਕੱਲੇ ਸਿੰਘ ਹੀ ਨਹੀਂ, ਬਾਹਰ ਅੰਗਰੇਜ਼ਾਂ ਦੇ ਵਿੱਚ ਬੜੇ ਬੜੇ ਉੱਚੇ ਕੱਦ ਵਾਲੇ ਹੈਗੇ। ਇਹ ਜਿਹੜਾ ਦੈਂਤ ਮਹਾਰਾਜ ਦੇ ਸਾਹਮਣੇ ਆਇਆ, ਬਹੁਤ ਤੇਰਾ ਭਿਆਨਕ ਚਿਹਰਾ ਔਰ ਬੜਾ ਲੰਮਾ ਕੱਦ ਸੀ, 2 ਕੋਹ ਉੱਚਾ ਕੱਦ ਸੀ ਇਹਦਾ ਜੀ, 2 ਕੋਹ ਉੱਚਾ ਕੱਦ। ਹੁਣ ਇਹਦੀ ਕਥਾ ਸੁਣਨੀ ਹੈ, ਸ਼ਰਧਾ ਧਾਰ ਕੇ ਕਥਾ ਸਰਵਣ ਕਰਿਓ, ਪਿਆਰ ਨਾਲ ਗੱਜ ਕੇ ਆਖੋ, ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਸਭ ਸਿੱਖ ਸੰਗਤ ਗੱਜ ਕੇ ਆਖੋ ਜੀ, ਸਤਨਾਮ।
ਹਾਂਜੀ ਸ਼੍ਰੀ ਵਾਹਿਗੁਰੂ ਸਾਹਿਬ ਜੀ ਚੌਪਈ ਗਿਰ ਸਮਾਨ ਜਹ ਦੇਹ ਕਰਾਲਾ। ਉਹਦਾ ਸਰੀਰ ਇੰਨਾ ਵੱਡਾ ਸੀਗਾ, ਪਹਾੜ ਵਰਗਾ ਸਰੀਰ ਸੀ, ਪਹਾੜ ਜਿੰਨਾ ਉੱਚਾ ਜੀ, ਪਹਾੜ ਦੂਰੋਂ ਹੀ ਨਜ਼ਰ ਆਉਂਦਾ ਹੈ। ਉਹ ਰਾਕਸ਼ਸ ਦੈਂਤ ਦਾ ਸਰੀਰ ਏਡਾ ਵੱਡਾ ਸੀ, ਕਈ ਆਖਣਗੇ ਗੱਪ ਕਹਾਣੀਆਂ ਨੇ। ਪਰ ਦਾਸ ਬੇਨਤੀ ਕਰੇ ਸਾਧ ਸੰਗਤ ਜੀ, ਇਹੋ ਜਿਹੇ ਬੰਦੇ ਹੋ ਜਾਂਦੇ ਆ ਜੇ ਸੱਤ ਸੱਤ ਸਾਢੇ ਸਾਢੇ ਸੱਤ ਫੁੱਟ ਦੇ ਉੱਚੇ ਕੱਦ ਹੋ ਸਕਦੇ ਆ। ਅਤੇ ਗੁਰੂ ਨਾਨਕ ਸਾਹਿਬ ਜੀ ਦਾ ਪੁਰਾਤਨ ਸਮਾਂ ਹੈ, ਪੁਰਾਤਨ ਸਮੇਂ ਵਿੱਚ ਧਰਤੀ ਹੋਰ ਪਰੈ ਹੋਰ ਹੁਣ ਵੀ ਹੈ, ਬਹੁਤ ਕੁਝ ਹੈ ਵਾਹਿਗੁਰੂ ਦਾ ਬਣਾਇਆ ਹੋਇਆ ਜੋ ਸਾਨੂੰ ਸਮਝ ਨਹੀਂ ਹੈਗੀ, ਸਾਨੂੰ ਸਮਝ ਨਹੀਂ ਹੈਗੀ। ਪਹਾੜ ਵਰਗਾ ਉਹਦਾ ਉੱਚਾ ਕੱਦ ਹੈ। ਹਾਂਜੀ ਉਬੈ ਕੋਸ ਲੋ ਬਾਹੋ ਬਿਸਾਲਾ, ਤੇ ਕੋ ਕੋ ਲੰਬੀਆਂ ਬਾਹਾਂ ਨੇ ਉਹਦੀਆਂ ਜੀ, ਏਡਾ ਵੱਡਾ ਸਰੀਰ ਹੈ ਉਹਦਾ। ਹਾਂਜੀ ਸਿਰ ਪਰ ਸ੍ਰਿੰਗ ਖਜੂਰ ਸਮਾਨਾ, ਤੇ ਜਿਵੇਂ ਖਜੂਰ ਦੇ ਪਿਆਰਿਓ ਰੁੱਖ ਬੜੇ ਬੜੇ ਉੱਚੇ ਹੁੰਦੇ ਖਜੂਰ ਦਾ ਪੇੜ, ਉਵੇਂ ਸਿੰਘ ਨੇ ਉਹਦੇ ਸਰੀਰ ਸਿਰ ਉੱਤੇ। ਹਾਂਜੀ ਗਿਰ ਕੰਦਰ ਸ਼੍ਰੀ ਨਾਸ ਪਰਮਾਨਾ, ਤੇ ਨੱਕ ਹੈ ਨਾ ਜਿਹੜੇ ਉਹ ਗੁਫਾ ਵਰਗੇ, ਬੰਦਾ ਤਾਂ ਵੇਖਿਆ ਲੱਗਦਾ ਜਿਵੇਂ ਉੱਪਰ ਗੁਫਾ ਬਣੀ ਹੋਈ ਹੈ। ਹਾਂਜੀ ਚਾਟ ਹੈ ਉਸ਼ਟ ਸੁਧਾ ਮਹਾਨਾ, ਤੇ ਭੁੱਖ ਲੱਗੀ ਹੋਈ ਸੀ ਉਹਨੂੰ, ਭੁੱਖ ਲੱਗੀ ਸੀ, ਜੀਭ ਫੇਰਦਾ ਸੀ ਬੁੱਲਾਂ ਤੇ। ਹਾਂਜੀ ਤੇਹ ਮੈਂ ਦੇਖਾ ਜਬ ਮਰਦਾਨਾ, ਕਹਿੰਦੇ ਉਹ ਦੈਂਤ ਪ੍ਰਗਟ ਹੋਇਆ ਉਹਨੇ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਸੇਵਕ ਭਾਈ ਮਰਦਾਨਾ ਜੀ ਨੂੰ ਵੇਖਿਆ। ਤੂਰਨ ਗਹਿ ਕਰ ਤਬ ਨਿਜ ਪਾਨਾ, ਤੇ ਪਤਾ ਕੀ ਕੀਤਾ ਜੀ, ਹੁਣ ਉਹਦੇ ਸਾਹਮਣੇ ਦੂਜੇ ਬੰਦੇ ਦੀ ਕਿੱਡੀ ਹਸਤੀ ਹੋਏਗੀ, ਦੂਜੇ ਬੰਦੇ ਦੀ ਕਿੱਡੀ ਹਸਤੀ ਹੋਏਗੀ। ਉਹਨੇ ਭਾਈ ਮਰਦਾਨਾ ਜੀ ਨੂੰ ਇੰਜ ਆਪਣੇ ਹੱਥ 'ਚ ਫੜ ਲਿਆ, ਹੱਥ ਵੀ ਉਹਦੇ ਕਿੱਡੇ ਕਿੱਡੇ ਵੱਡੇ ਹੋਣਗੇ। ਹਾਂਜੀ ਮੁਖ ਮਹਿ ਖਾਵਾ ਕੌਰ ਸਮਾਨਾ, ਤੇ ਸਾਧ ਸੰਗਤ ਜੀ ਭਾਈ ਮਰਦਾਨਾ ਜੀ ਉੱਚੀ ਉੱਚੀ ਵਿਆਕੁਲ ਹੋਣ, ਚੀਕਾਂ ਮਾਰਨ ਵੀ ਇਹ ਮੇਰੇ ਨਾਲ ਕੀ ਬਣ ਗਿਆ, ਇੱਡਾ ਵੱਡਾ ਦੈਂਤ ਆ ਗਿਆ, ਇਹ ਤਾਂ ਕੌਡੇ ਤੋਂ ਵੀ ਕੌਡਾ ਤਾਂ ਕੁਝ ਵੀ ਨਹੀਂ ਸੀਗਾ, ਇਹ ਤਾਂ ਬੜੀ ਵੱਡਾ ਸਰੀਰ ਹੈ ਇਹਦਾ। ਸੱਪ ਵੀ ਤਾਂ ਬੜੇ ਬੜੇ ਵੱਡੇ ਮੰਨੇ ਜਾਂਦੇ ਆ, ਬੜੇ ਬੜੇ ਵੱਡੇ ਸੱਪ ਵਿਖਾ ਦਿੰਦੇ ਆ ਸਾਇੰਸਦਾਨ, ਔਰ ਉਹ ਬੰਦੇ ਨੂੰ ਸਬੂਤਾਂ ਨਿਕਲ ਜਾਂਦੇ ਆ ਅੰਦਰ। ਔਰ ਪਿੱਛੇ ਜੇ ਦੱਸਿਆ ਇੱਕ ਬੀਬੀ ਨੂੰ ਸੱਪ ਦਾ ਸਰੀਰ ਫਾੜ ਕੇ ਜਿਉਂਦੀ ਨੂੰ ਬਾਹਰ ਕੱਢਿਆ ਸੀਗਾ ਜੀ, ਜਿਉਂਦੀ ਨੂੰ ਬਾਹਰ ਕੱਢਿਆ ਸੀ, ਬੜਾ ਵੱਡਾ ਉਹਦਾ ਸਰੀਰ। ਭਾਈ ਮਰਦਾਨਾ ਜੀ ਵਿਆਕੁਲ ਹੋਣ, ਮਹਾਰਾਜ ਸੱਚੇ ਪਾਤਸ਼ਾਹ ਨੂੰ ਯਾਦ ਕਰਨ, ਭਾਈ ਮਰਦਾਨਾ ਜੀ ਦਾ ਸਰੀਰ ਫੜਿਆ ਤੇ ਉਹਨੇ ਮੂੰਹ ਚ ਪਾ ਲਿਆ ਆਪਣੇ ਜੀ। ਹਾਂਜੀ ਭਾਇਓ ਤਰਾਸ ਮੁਖ ਬੋਲਨਾ ਆਇਓ, ਭਾਈ ਮਰਦਾਨਾ ਜੀ ਬੜੇ ਡਰ ਗਏ, ਹੁਣ ਮੁਖੋਂ ਬੋਲ ਵੀ ਨਹੀਂ ਆਉਂਦਾ ਜਦੋਂ ਜਿਉਂ ਜਿਉਂ ਉਹਦੇ ਨੇੜੇ ਜਾਈ ਜਾਣ। ਹਾਂਜੀ ਸ਼੍ਰੀ ਨਾਨਕ ਮਨ ਮਾਹੇ ਧਿਆਇਓ, ਤੇ ਸਾਧ ਸੰਗਤ ਜੀ ਭਾਈ ਮਰਦਾਨਾ ਜੀ ਮਨ ਹੀ ਮਨ ਵਿੱਚ ਗੁਰੂ ਨਾਨਕ ਸਾਹਿਬ ਨੂੰ ਧਿਆਉਣ ਲੱਗ ਪਏ ਵੀ ਮੈਂ ਕਿਉਂ ਫਲ ਖਾ ਬੈਠਾ ਹੈ ਗੱਜ ਕੇ ਆਖੋ। ਵਾਹਿਗੁਰੂ ਇਹ ਭਾਈ ਮਰਦਾਨਾ ਜੀ ਅੰਦਰ ਚਲੇ ਗਏ ਸਨ, ਮਹਾਰਾਜ ਤੋਂ ਵਿਛੜ ਗਏ ਸਨ, ਤੇ ਹੁਣ ਮਹਾਰਾਜ ਨੂੰ ਧਿਆਉਂਦੇ ਆ ਵੀ ਮੈਂ ਕਿਉਂ ਏਡੀ ਵੱਡੀ ਗਲਤੀ ਕੀਤੀ। ਹਾਂਜੀ ਕਰੀਏ ਰੱਛਾ ਸ਼੍ਰੀ ਗੁਰੂ ਪੂਰਨ, ਤੇ ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਨੂੰ ਮਨ ਚ ਧਿਆ ਕੇ ਕਹਿੰਦੇ ਮਹਾਰਾਜ ਹੁਣ ਇਹਨੇ ਖਾ ਲੈਣਾ, ਮਹਾਰਾਜ ਮੈਨੂੰ ਬਚਾ ਲਓ ਸੱਚੇ ਪਾਤਸ਼ਾਹ, ਕੌਡਾ ਤਾਂ ਤੇਲ ਚ ਤਲਦਾ ਸੀ, ਇਹ ਤੇ ਸਬੂਤਾ ਹੀ ਚੱਬ ਜਾਏਗਾ। ਹਾਂਜੀ ਜਯੋ ਗਜ ਰਾਜ ਉਧਾਰਿਓ ਤੂਰਨ, ਮਹਾਰਾਜ ਕਿਰਪਾ ਕਰੋ, ਬਖਸ਼ਿਸ਼ ਕਰੋ, ਹੁਣ ਮੇਰਾ ਉਧਾਰ ਕਰੋ, ਸਤਿਗੁਰੂ ਮੈਨੂੰ ਇਸ ਦੈਂਤ ਤੋਂ ਬਚਾ ਲਓ। ਹਾਂਜੀ ਹੇ ਪ੍ਰਭ ਮੈਂ ਅਜਾਨ ਮਤ ਮੂੜਾ,
ਕਹੇ ਕੋ ਬਚਨਾ ਮੋਹ ਅਰੂੜਾ। ਤੇ ਭਾਈ ਸਾਧ ਸੰਗਤ ਜੀ ਮਰਦਾਨਾ ਜੀ ਚੇਤਾ ਕਰਦੇ ਆ ਵੀ ਮੈਂ ਬੜੇ ਭੈੜੇ ਭੈੜੇ ਬੋਲ ਬੋਲੇ ਸੀ ਗੁਰੂ ਨਾਨਕ ਸਾਹਿਬ ਨੂੰ, ਵੀ ਮੈਨੂੰ ਖਫਣ ਵੀ ਇੱਥੇ ਨਸੀਬ ਨਹੀਂ ਹੋਣਾ। ਮਨ 'ਚ ਸੋਚਦੇ ਵੀ ਜਦੋਂ ਜਦੋਂ ਮੈਂ ਗੁਰੂ ਜੀ ਦੇ ਉਲਟ ਗਿਆ ਉਦੋਂ ਉਦੋਂ ਮੈਨੂੰ ਦੁੱਖ ਹੋਇਆ, ਉਦੋਂ ਉਦੋਂ ਦੁੱਖ ਹੋਇਆ। ਭਾਈ ਮਰਦਾਨਾ ਜੀ ਮਹਾਰਾਜ ਸੱਚੇ ਪਾਤਸ਼ਾਹ ਨੂੰ ਯਾਦ ਕਰ ਕਰਕੇ ਕਹਿੰਦੇ, ਮਹਾਰਾਜ ਹੁਣ ਇਸ ਦੈਂਤ ਤੋਂ ਬਚਾ ਲਓ। ਹਾਂਜੀ, ਸਰਬ ਬਿਰਤੰਤ ਜਾਨ ਗੁਰ ਲੀਨੋ। ਇਧਰੋਂ ਭਾਈ ਮਰਦਾਨਾ ਜੀ ਮਨ ਵਿੱਚ ਸੋਚਣ ਦੇ ਤੋਂ ਦੈਂਤ ਮੂੰਹ 'ਚ ਪਾਉਣ ਲੱਗਾ ਨਾ, ਜਦੋਂ ਸੱਚੇ ਪਾਤਸ਼ਾਹ ਗਰੀਬ ਨਿਵਾਜ ਆਪਣੇ ਪਿਆਰੇ ਦੀ ਰਾਖੀ ਕਰਨ ਲੱਗੇ ਹੈ। ਅੱਜ ਕੇ ਆਖੋ ਵਾਹਿਗੁਰੂ। ਹਾਂਜੀ, ਦੈਂਤ ਰਦਨ ਤੇ ਰਾਖਨ ਕੀਨੋ। ਕੀ ਰਾਖੀ ਕੀਤੀ ਮਹਾਰਾਜ ਸੱਚੇ ਪਾਤਸ਼ਾਹ ਨੇ? ਉਸ ਦੈਂਤ ਦੇ ਦੰਦਾਂ ਥੱਲੇ ਨਹੀਂ ਭਾਈ ਮਰਦਾਨਾ ਜੀ ਨੂੰ ਆਉਣ ਦਿੱਤਾ ਜੀ, ਦੰਦਾਂ ਥੱਲੇ ਨਹੀਂ ਆਉਣ ਦਿੱਤਾ, ਉਹ ਸਿੱਧਾ ਹੀ ਅੰਦਰ ਨੰਘਾ ਗਿਆ। ਨਿਕਲ ਜਾਂਦੇ ਆ, ਦੈਂਤ ਦਾ ਸਰੀਰ ਏਡਾ ਵੱਡਾ ਸੀਗਾ, ਕਈ ਕਹਿਣਗੇ ਕਿਵੇਂ ਹੋ ਸਕਦਾ ਹੈ? ਤੇ ਦਾਸ ਬੇਨਤੀ ਕਰੇ, ਪਿਆਰਿਓ ਰੱਬ ਦੀ ਬਣਾਈ ਕੁਦਰਤ ਦਾ ਕੁਝ ਨਹੀਂ ਕਹਿ ਸਕਦੇ ਜੀ। ਜਿਹੜੇ ਕਹਿੰਦੇ ਹੋ ਨਹੀਂ ਸਕਦਾ, ਹੋ ਨਹੀਂ ਸਕਦਾ, ਪਰਮੇਸ਼ਰ ਦਾ ਕੀ ਪਤਾ ਕਿਹੜੇ ਵੇਲੇ ਸਾਹਮਣੇ ਲਿਆ ਕੇ ਖੜਾ ਕਰ ਦੇਣ ਵੀ ਹੁਣ ਕਰ ਗੱਲ ਕਾਕਾ, ਹੁਣ ਕਰ ਗੱਲ, ਪਰਮੇਸ਼ਰ ਦੀ ਖੇਡ ਦਾ ਕਿਆ ਪਤਾ। ਉਹ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਿਵਾਜ ਨੇ ਕਿਰਪਾ ਕੀਤੀ, ਦੰਦਾਂ ਤੋਂ ਬਚ ਗਏ ਭਾਈ ਮਰਦਾਨਾ ਜੀ, ਪਰ ਉਹਨੇ ਮੂੰਹ 'ਚ ਪਾ ਲਿਆ ਜੀ ਤੇ ਨਿਕਲ ਗਿਆ ਅੰਦਰ, ਨੰਘਾ ਗਿਆ ਸਾਰਾ ਹੀ। ਹਾਂਜੀ, ਗਏ ਉਧਰ ਮੈਂ ਬਣਾ ਬਣਾਇਓ। ਹੁਣ ਉੱਥੇ ਉਧਰ ਵਿੱਚ ਢਿੱਡ ਦੇ ਵਿੱਚ ਭਾਈ ਮਰਦਾਨਾ ਜੀ ਚਲੇ ਗਏ, ਹੁਣ ਉਹਦਾ ਢਿੱਡ ਵੀ ਬੜਾ ਵੱਡਾ ਹੋਏਗਾ ਜੀ, ਅੰਦਰ ਹੋਰ ਵੀ ਕਈ ਕੁਛ ਹੋਏਗਾ, ਦੈਂਤ ਹੈ। ਹਾਂਜੀ, ਦੁਸ਼ਟ ਰਦਨ ਕੋਸ਼ ਹੁਣ ਨਾ ਪਾਇਓ। ਕਹਿੰਦੇ ਉਹ ਦੁਸ਼ਟ ਤੇ ਉਹਦੇ ਦੰਦ ਭਾਈ ਮਰਦਾਨਾ ਜੀ ਨੂੰ ਛੋਹ ਵੀ ਨਹੀਂ ਪਾਏ, ਕਿਉਂਕਿ ਗੁਰੂ ਨਾਨਕ ਸਾਹਿਬ ਨੇ ਬਚਾ ਲਿਆ ਜੀ, ਮਹਾਰਾਜ ਨੇ ਬਚਾ ਲਿਆ। ਹਾਂਜੀ, ਉਹ ਦੰਦ ਕੱਟ ਨਾ ਸਕੇ ਭਾਈ ਮਰਦਾਨਾ ਜੀ ਨੂੰ। ਪਿਆਰਿਓ ਮੈਂ ਫਿਰ ਬੇਨਤੀ ਕਰ ਰਿਹਾ, ਕੋਈ ਜਾਨਵਰ ਕਹਿੰਦੇ ਨਿਕਲ ਜਾਂਦੇ ਬੰਦੇ ਨੂੰ, ਜਾਨਵਰ ਨਿਕਲ ਜਾਂਦੇ ਢਿੱਡ ਪਾੜ ਕੇ ਉਹਨਾਂ ਦਾ, ਸੱਪ ਵਰਗੇ ਵੱਡੇ ਵੱਡੇ ਜਾਨਵਰਾਂ ਦਾ, ਤੇ ਫਿਰ ਜਾ ਕੇ ਬੰਦੇ ਕੱਢ ਦਿੰਦੇ ਅਗਲੇ। ਉਹ ਬੰਦੇ ਉੱਥੇ ਵੀ ਤਾਂ ਉਹਨਾਂ ਦੇ ਢਿੱਡ 'ਚ ਜਾਂਦੇ ਹੀ ਹੈ ਨਾ। ਇਹ ਹੈ, ਇਹਦਾ ਸਰੀਰ ਬਹੁਤ ਵੱਡਾ ਸੀਗਾ। ਉਹ ਭਾਈ ਮਰਦਾਨਾ ਜੀ ਬਚ ਗਏ ਜੀ ਕਿਸੇ ਤਰੀਕੇ ਨਾਲ, ਪਰ ਚਲੇ ਗਏ ਪੇਟ ਵਿੱਚ। ਹਾਂਜੀ, ਜਿਉਂ ਨਰ ਕੇ ਗਰ ਦਾਨੋ ਜਾਈ। ਹਾਂ, ਕਹਿੰਦੇ ਇੰਜ ਭਾਈ ਮਰਦਾਨਾ ਜੀ ਉਸ ਦੈਂਤ ਦੇ ਪੇਟ ਵਿੱਚ ਚਲੇ ਗਏ ਜਿਵੇਂ ਕੋਈ ਦਾਣਾ ਸੰਗਤ ਜੀ ਸਾਡੇ ਮੁੱਖ 'ਚੋਂ ਸਿੱਧਾ ਪੇਟ ਵਿੱਚ ਚਲੇ ਜਾਂਦਾ ਹੈ ਜੀ, ਕਈ ਦਾਣੇ ਸਬੂਤੇ ਚਲੇ ਜਾਂਦੇ ਹੈ। ਹਾਂਜੀ, ਗਏ ਉਲੰਘ ਤਿਸੀ ਕੀ ਨਿਆਈ। ਇਸੇ ਤਰ੍ਹਾਂ ਭਾਈ ਮਰਦਾਨਾ ਜੀ ਵੀ ਸਬੂਤੇ ਹੀ ਚਲੇ ਗਏ ਅੰਦਰ, ਇੱਕ ਰੋਮ ਤੱਕ ਭਾਈ ਮਰਦਾਨਾ ਜੀ ਦੇ ਰੋਮ ਦਾ ਨੁਕਸਾਨ ਨਹੀਂ ਹੋਇਆ, ਵਿੱਚ ਕਰਤਾ ਪੁਰਖ ਖਲੋਆ। ਹਾਂਜੀ, ਪੁਨ ਬੋਲੇ ਮੁਝ ਸੰਗ ਕਿਰਪਾਲਾ। ਤੇ ਭਾਈ ਬਾਲਾ ਜੀ ਨੂੰ ਸੱਚੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਮਹਾਰਾਜ ਨੂੰ ਪਤਾ ਲੱਗ ਗਿਆ ਵੀ ਦੈਂਤ ਨੰਘਾ ਗਿਆ। ਹਾਂਜੀ, ਬੈਠਾ ਰਹੋ ਇਹ ਥਾਂ ਤੂੰ ਬਾਲਾ। ਮਹਾਰਾਜ ਕਹਿੰਦੇ ਬਾਲੇ ਤੂੰ ਇੱਥੇ ਬੈਠਾ ਰਹੀ ਹੁਣ। ਹਾਂਜੀ, ਮਰਦਾਨੇ ਕੋ ਦੈਂਤ ਗਹਾਨਾ। ਮਰਦਾਨੇ ਨੂੰ ਦੈਂਤ ਖਾ ਗਿਆ, ਮਹਾਰਾਜ ਕਹਿੰਦੇ ਇਸ ਵਾਰ ਖਾ ਹੀ ਗਿਆ। ਹਾਂਜੀ, ਉਧਰ ਬਿਖੇ ਤਿੰਨ ਲੀਨ ਲੰਘਾਨਾ। ਪਰ
ਪਰਮੇਸ਼ਰ ਦੀ ਕਿਰਪਾ ਨਾਲ ਸਾਡਾ ਸਾਥੀ ਬਚ ਗਿਆ, ਸਬੂਤਾ ਹੀ ਬੈਂਤ ਦੇ ਢਿੱਡ ਵਿੱਚ ਹੈ। ਹਾਂਜੀ, ਜਾਏ ਛੁਰਾਵਹਿ ਅਬ ਤਹਿ ਤਾਈ, ਤੇ ਹੁਣ ਅਸੀਂ ਜਾਵਾਂਗੇ ਤੇ ਜਾ ਕੇ ਉਹਨੂੰ ਛਡਾਵਾਂਗੇ ਗੱਜ ਕੇ ਆਖੋ ਵਾਹਿਗੁਰੂ। ਭਾਈ ਬਾਲਾ ਜੀ ਕਹਿੰਦੇ ਮਹਾਰਾਜ ਕਿੱਥੇ ਜਾਓਗੇ? ਮਹਾਰਾਜ ਕਹਿੰਦੇ ਹੋਰ ਕਿੱਥੇ ਜਾਣਾ, ਜਿੱਥੇ ਸਾਡਾ ਸੇਵਕ ਹੈ ਉੱਥੇ ਹੀ ਜਾਣਾ। ਮਹਾਰਾਜ ਕਹਿੰਦੇ ਗੱਜ ਕੇ ਆਖੋ ਵਾਹਿਗੁਰੂ, ਜਿੱਥੇ ਸਾਡਾ ਸੇਵਕ ਹੈ, ਜਿੱਥੇ ਸਾਡਾ ਪਿਆਰਾ ਹੈ ਉੱਥੇ ਹੀ ਜਾਣਾ। ਮਹਾਰਾਜ ਤੁਸੀਂ ਤਾਂ ਕਿਹਾ ਉਹ ਸਬੂਤਾ ਹੀ ਨੰਘਾ ਗਿਆ, ਉਹ ਤੇ ਦੈਂਤ ਦੇ ਪੇਟ 'ਚ। ਮਹਾਰਾਜ ਕਹਿੰਦੇ ਅਸੀਂ ਵੀ ਉੱਥੇ ਚਲੇ ਜਾਂਦੇ ਹਾਂ, ਅਸੀਂ ਵੀ ਚਲੇ ਜਾਂਦੇ। ਇਹ ਗੁਰੂ ਨਾਨਕ ਸਾਹਿਬ ਦੀ ਕਥਾ ਸੁਣ ਰਹੇ ਹੋ, ਕਿਸੇ ਬੰਦੇ ਦੀ ਕਥਾ ਨਹੀਂ ਸੁਣ ਰਹੇ। ਹੈਂ, ਇਹ ਕੀ ਬੋਲੀ ਜਾਂਦਾ, ਪਾਗਲ ਹੋ ਗਿਆ। ਇਹ ਗੁਰੂ ਨਾਨਕ ਸਾਹਿਬ ਦੀ ਕਥਾ ਹੈ ਸਾਧ ਸੰਗਤ ਜੀ। ਮੇਰੇ ਸਤਿਗੁਰੂ ਕੁਝ ਵੀ ਕਰ ਸਕਦੇ ਹੈ, ਮਹਾਰਾਜ ਕੁਝ ਵੀ ਕਰ ਸਕਦੇ ਹੈ। ਹਾਂਜੀ, ਘਟ ਇੱਕ ਮੈਂ ਤੂੰ ਆਓ ਤਹਾਂ। ਮਹਾਰਾਜ ਕਹਿੰਦੇ ਇੱਕ ਘੜੀ ਲੱਗੇਗੀ, ਬਾਲੇ ਤੂੰ ਇੱਥੇ ਬੈਠਾ ਰਹਿ। ਹਾਂਜੀ, ਚੌਪਈ ਅਸ ਕਹਿ ਮੁਝ ਬੇਦੀ ਕੁਲ ਦੀਪਾ। ਭਾਈ ਬਾਲਾ ਜੀ ਕਹਿੰਦੇ ਇਸ ਤਰੀਕੇ ਨਾਲ ਮਹਾਰਾਜ ਮੈਨੂੰ ਕਹਿ ਕੇ ਗਮਨੇ ਰਾਖਸ ਕੇਰ ਸਮੀਪਾ, ਉਸ ਰਾਖਸ ਦੇ ਕੋਲ ਚਲੇ ਗਏ ਜੀ, ਉਹ ਜਾਗਿਆ ਹੋਇਆ ਸੀਗਾ। ਹਾਂਜੀ, ਦਾਸ ਬਚਾਵਨ ਹਿਤ ਗੁਰ ਪੂਰਨ, ਪੂਰੇ ਸੱਚੇ ਪਾਤਸ਼ਾਹ ਗਰੀਬ ਨਵਾਜ ਆਪਣੇ ਸੇਵਕ ਨੂੰ ਬਚਾਉਣ ਵਾਸਤੇ। ਦਈ ਦਿਖਾਈ ਦਹਿਤ ਤੂਰਨ, ਮਹਾਰਾਜ ਸੱਚੇ ਪਾਤਸ਼ਾਹ ਉਸ ਦੈਂਤ ਦੇ ਸਾਹਮਣੇ ਆ ਗਏ। ਸ਼੍ਰੀ ਨਾਨਕ ਗਹਿ ਲੀਨੋ ਤਾਹੀ, ਤੇ ਦੈਂਤ ਨੇ ਕੀ ਕੀਤਾ, ਉਹਨੂੰ ਕੀ ਪਤਾ, ਉਹਨੇ ਆਪ ਨਿਰੰਕਾਰ, ਆਪ ਪਰਮੇਸ਼ਰ, ਆਪ ਰੱਬ, ਧੰਨ ਗੁਰੂ ਨਾਨਕ ਸਾਹਿਬ ਜੀ ਨੂੰ ਖਾਣ ਦਾ ਫੁਰਨਾ ਬਣਾ ਲਿਆ ਤੇ ਹੱਥ 'ਚ ਫੜ ਲਿਆ ਮਹਾਰਾਜ ਨੂੰ ਜੀ। ਹੱਥ ਬੜੇ ਵੱਡੇ ਸੀ ਉਹਦੇ। ਹਾਂਜੀ, ਘਰ ਉਚਾਏ ਪਾਏ ਮੁਖ ਮਾਹੀ, ਤੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਤਾਂ ਚੁੱਕ ਕੇ ਆਪਣੇ ਮੁਖ ਵਿੱਚ ਪਾ ਲਿਆ ਉਹਨੇ। ਪਿਆਰਿਓ ਵੇਖ ਲਓ, ਆਪਣੇ ਸੇਵਕ ਨੂੰ ਬਚਾਉਣ ਵਾਸਤੇ ਮਹਾਰਾਜ ਕਿੱਥੇ ਕਿੱਥੇ ਚਲੇ ਜਾਂਦੇ ਹੈ। ਗੱਜ ਕੇ ਆਖੋ ਵਾਹਿਗੁਰੂ, ਸਾਡੇ ਕੋਲ ਸੇਵਕ ਹੀ ਨਹੀਂ ਬਣਿਆ ਜਾਂਦਾ, ਜਿਹੜੇ ਸੇਵਕ ਬਣ ਜਾਂਦੇ ਹੈ ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਨੂੰ ਹਰ ਥਾਂ ਤੋਂ ਬਚਾ ਲੈਂਦੇ ਹੈ। ਹਰ ਥਾਂ ਤੋਂ ਸੇਵਕ ਹੀ ਨਹੀਂ ਬਣਿਆ ਜਾਂਦਾ, ਸੇਵਕ ਹੀ ਬਣਨਾ ਔਖਾ ਹੈ। ਆਪਣੇ ਸੇਵਕ ਕੋ ਨਿਕਟੀ ਹੋਏ ਦਿਖਾਵੇ, ਜਹ ਜਹ ਕਾਜ ਕਿਰਤ ਸੇਵਕ ਕੀ ਤਹਾਂ ਤਹਾਂ ਉੱਠ ਧਾਵੇ। ਜਿੱਥੇ ਜਿੱਥੇ ਸੇਵਕ ਨੂੰ ਕੰਮ ਪਵੇ ਗੁਰੂ ਸਾਹਿਬ ਉੱਥੇ ਹੀ ਪਹੁੰਚ ਜਾਂਦੇ ਹੈ। ਇਹ ਕਰੀ ਗੱਜ ਕੇ ਆਖੋ ਵਾਹਿਗੁਰੂ। ਹੋ ਸਕਦਾ ਤੁਹਾਡੇ ਵਿੱਚੋਂ ਕੋਈ ਐਸਾ ਗੁਰਸਿੱਖ ਬੈਠਾ ਹੋਵੇ ਜਿਹਨੂੰ ਕਦੀ ਬਚਾਉਣ ਵਾਸਤੇ ਸੱਚੇ ਪਾਤਸ਼ਾਹ ਨੇ ਉਹਨੂੰ ਹਾਜ਼ਰ ਨਾਜ਼ਰਤਾ ਦਾ ਆਭਾਸ ਕਰਾਇਆ ਹੋਵੇ ਜੀ, ਕੋਈ ਇਹੋ ਜਿਹਾ ਸਿੱਖ ਬੈਠਾ ਹੋਵੇ ਜੀ। ਮਹਾਰਾਜ ਨੂੰ ਉਹਨੇ ਮੁੱਖ 'ਚ ਪਾ ਲਿਆ। ਹਾਂਜੀ, ਉਧਰ ਵਿਖੇ ਪਹੁੰਚੇ ਗੁਰੂ ਜਬ ਹੀ, ਤੇ ਮਹਾਰਾਜ ਗਰੀਬ ਨਵਾਜ ਜੀ ਨੂੰ ਵੀ ਉਹਦਾ ਕੋਈ ਦੰਦ ਕੀ ਕਹਿ ਸਕਦਾ, ਜੇ ਭਾਈ ਮਰਦਾਨਾ ਜੀ ਨੂੰ ਨਹੀਂ ਕੁਝ ਕਿਹਾ। ਮਹਾਰਾਜ ਵੀ ਸਿੱਧੇ ਹੀ ਉਹਦੇ ਪੇਟ ਵਿੱਚ ਚਲੇ ਗਏ। ਮਿਲਤ ਪਏ ਉਹ ਮਰਦਾਨਾ ਤਬ ਹੀ, ਗੱਜ ਕੇ ਆਖੋ ਵਾਹਿਗੁਰੂ, ਫੇਰ ਆਖੋ ਵਾਹਿਗੁਰੂ। ਪੇਟ ਦੇ ਵਿੱਚ ਬੜੇ ਸਹਿਮੇ ਹੋਏ, ਭਾਈ ਮਰਦਾਨਾ ਜੀ ਦੁਖੀ ਹੈ, ਐ ਨਪੀੜੇ ਪਏ ਆ। ਮਹਾਰਾਜ ਐ ਮਰਦਾਨੇ ਦੇ ਸਾਹਮਣੇ ਖਲੋ ਗਏ ਜਾ ਕੇ। ਉਹ ਮਰਦਾਨਾ ਜੀ ਹੈਰਾਨ, ਮਹਾਰਾਜ ਇੱਥੇ ਵੀ ਆ ਗਏ? ਮਹਾਰਾਜ ਕਹਿੰਦੇ ਕਿਉਂ ਨਹੀਂ ਮਰਦਾਨਿਆ, ਜਿੱਥੇ ਯਾਦ ਕਰੇਗਾ ਉੱਥੇ ਹੀ ਆ ਜਾਵਾਂਗੇ, ਜਿੱਥੇ ਯਾਦ ਕਰੇਗਾ ਉੱਥੇ ਹੀ ਆ ਜਾਵਾਂਗੇ।
ਕਹੇ ਬਚਨ ਤਹਿ ਧੀਰਜ ਦੀਨੀ। ਮਹਾਰਾਜ ਕਹਿੰਦੇ ਹੁਣ ਹੌਸਲਾ ਰੱਖ, ਤੈਨੂੰ ਕੱਢਦੇ ਆ ਬਾਹਰ। ਮਹਾਰਾਜ ਕਹਿੰਦੇ ਆ ਗਏ ਆ ਨਾ ਹੁਣ, ਹੁਣ ਤੈਨੂੰ ਬਾਹਰ ਵੀ ਕੱਢਾਂਗੇ। ਹਾਂਜੀ, ਪੁਨ ਨਿਜ ਦੇਹ ਵਧਾਵਨ ਕੀਨੀ। ਫਿਰ ਉਹਨੇ ਆਪਣਾ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਨੇ ਕਿਰਪਾ ਕੀਤੀ, ਹੌਲੀ ਹੌਲੀ ਆਪਣਾ ਸਰੀਰ ਵਧਾਉਣਾ ਸ਼ੁਰੂ ਕੀਤਾ ਜੀ। ਹੌਲੀ ਹੌਲੀ ਆਪਣਾ ਸਰੀਰ ਵਧਾਉਣਾ ਸ਼ੁਰੂ ਕੀਤਾ। ਗੁਰਮੁਖੋ, ਗੁਰੂ ਸਾਹਿਬ ਕੋਲ ਬੜੀਆਂ ਤਾਕਤਾਂ ਨੇ। ਮਹਾਰਾਜ ਚਾਹੁਣ ਗੁਰੂ ਨਾਨਕ ਸਾਹਿਬ ਆਪਣਾ ਸਰੀਰ ਨਿੱਕਾ ਜਿਹਾ ਕੀੜੀ ਜਿੰਨਾ ਕਰ ਲੈਣ, ਤੇ ਜੇ ਚਾਹੁਣ ਮਹਾਰਾਜ ਏਡਾ ਵੱਡਾ ਸਰੀਰ ਬਣਾ ਲੈਣ ਅਸਮਾਨ ਨੂੰ, ਅਸਮਾਨ ਤੋਂ ਵੀ ਅੱਗੇ ਸਿਰ ਲੰਘ ਜੇ। ਮਹਾਰਾਜ ਉਹਦੇ ਪੇਟ ਦੇ ਅੰਦਰ ਹੀ ਆਪਣਾ ਸਰੀਰ ਵੱਡਾ ਕਰਨ ਲੱਗ ਪਏ ਸੱਚੇ ਪਾਤਸ਼ਾਹ। ਹਾਂਜੀ, ਦਵੈ ਕੋਸਨ ਲਓ ਦੈਤ ਉਤੰਗਾ। ਕਿੰਨਾ ਉੱਚਾ ਸੀ, ਦੋ ਕੋ ਉੱਚਾ ਕੱਦ ਸੀਗਾ ਦੈਂਤ ਦਾ ਜੀ, ਦੋ ਕੋ ਉੱਚਾ ਕੱਦ। ਤੁਸੀਂ ਅੰਦਾਜ਼ਾ ਲਾਓ ਵੀ ਕਿੱਡਾ ਉੱਚਾ ਹੋਏਗਾ, 2 ਕਿਲੋਮੀਟਰ ਹੀ ਕਹੀਏ, ਕੋ ਵਿੱਚ ਤਾਂ ਜ਼ਿਆਦਾ ਕਿਲੋਮੀਟਰ ਹੁੰਦੇ ਆ, ਪਰ 2 ਕਿਲੋਮੀਟਰ ਵੀ ਕਹੀਏ ਤਾਂ ਬਹੁਤ ਉੱਚਾ ਕੱਦ ਹੋ ਜਾਂਦਾ, ਹਾਈਟ ਬਹੁਤ ਹੋ ਜਾਂਦੀ। 2 ਕੋ ਹਾਈਟ ਸੀਗੀ ਉਸ ਦੈਂਤ ਦੀ। ਹਾਂਜੀ, ਤਿਤਨੋ ਕੀਓ ਪ੍ਰਭੂ ਨਿਜ ਅੰਗਾ। ਕਿੱਥੇ ਪਾਠ ਕਹਿੰਦੇ ਆ, ਤਿਤਨੋ ਕੀਓ ਪ੍ਰਭੂ ਨਿਜ ਅੰਗਾ, ਗੱਜ ਕੇ ਆਖੋ ਵਾਹਿਗੁਰੂ। 2 ਕੋ ਉਹਦਾ ਸਰੀਰ ਹੈ, ਤੇ ਮਹਾਰਾਜ ਉਹਦੇ ਸਰੀਰ ਵਿੱਚ ਗਏ ਆ, ਮਹਾਰਾਜ ਨੇ ਵੀ ਆਪਣਾ ਸਰੀਰ 2 ਕੋ ਵਧਾ ਲਿਆ ਸੱਚੇ ਪਾਤਸ਼ਾਹ ਨੇ, ਓਨਾ ਹੀ ਸਰੀਰ ਮਹਾਰਾਜ ਨੇ ਕਰ ਲਿਆ। ਹਾਂਜੀ, ਜਬ ਤਨ ਫਟਨ ਲੱਗਿਓ ਤਹਿ ਕੇਰੋ। ਉਹਦਾ ਤੇ ਸਰੀਰ ਫਟ ਚੱਲਾ ਸੀਗਾ ਜੀ, ਸਰੀਰ ਫਟ ਚੱਲਾ। ਹੁਣ ਸਾਡੇ ਸਰੀਰ ਵਿੱਚ ਛੋਟੀ ਮੋਟੀ ਚੀਜ਼ ਜਾਵੇ ਸਾਨੂੰ ਪਚੇ, ਉਹ ਸਾਡੇ ਜਿੱਡੀ ਚੀਜ਼ ਸਾਡੇ ਸਰੀਰ 'ਚ ਵੜ ਜੇ ਤੇ ਬੰਦਾ ਫਟੇਗਾ ਹੀ, ਫਟੇਗਾ ਹੀ। ਤੇ ਉਹ ਤਾਂ ਸਰੀਰ ਫਟਣ ਤੇ ਆ ਗਿਆ ਜੀ, ਜਦੋਂ ਮਹਾਰਾਜ ਨੇ ਵੀ 2 ਕੋ ਉੱਚਾ ਆਪਣਾ ਕੱਦ ਕਰ ਲਿਆ। ਇੱਕ ਜੋਜਨ ਲਓ ਬਧਿਓ ਬਥੇਰੋ। ਤੇ ਇੱਕ ਜੋਜਨ ਉਹਨੇ ਦੇ ਲੰਬੀ ਕਰ ਲਈ ਜੀ ਆਪਣੀ, ਇੱਕ ਜੋਜਨ ਦੇ ਹੋਰ ਵੱਡੀ ਕਰ ਲਈ। ਹਾਂਜੀ, ਸ੍ਰੀ ਗੁਰੂ ਬਹੁਤ ਵਧਾਵਾ ਤੇ ਤੋ। ਮਹਾਰਾਜ ਨੇ ਵੀ 1 ਕੋ ਸਰੀਰ ਕਰ ਲਿਆ ਜੀ, ਵਾਹਿਗੁਰੂ 1 ਜੋਜਨ ਸਰੀਰ ਕਰ ਲਿਆ। ਹਾਂਜੀ, ਰਾਖਸ ਬਸਤਰ ਉਹ ਤਨ ਜੇਤੋ। ਰਾਖਸ ਬਿਸਤਰ ਉਹ ਤਨ ਜੇਤੋ, ਜਿੰਨਾ ਜਿੰਨਾ ਰਾਖਸ ਸਰੀਰ ਵੱਡਾ ਕਰਦਾ ਸੀ, ਗੁਰੂ ਨਾਨਕ ਸਾਹਿਬ ਉਹਦੇ ਸਰੀਰ ਦੇ ਵਿੱਚ ਬੈਠੇ ਆਪ ਨਿਰੰਕਾਰ, ਮਹਾਰਾਜ ਸੱਚੇ ਪਾਤਸ਼ਾਹ ਵੀ ਓਡਾ ਵੱਡਾ ਹੀ ਸਰੀਰ ਕਰੀ ਜਾਂਦੇ ਹੈ। ਗੱਜ ਕੇ ਆਖੋ ਵਾਹਿਗੁਰੂ। ਆ ਸਾਡੇ ਸਰੀਰ 'ਚ ਹੈ ਤੇ ਨਿਰੰਕਾਰ ਹੀ ਹੈ, ਵੱਖਰੀ ਗੱਲ ਪ੍ਰਗਟ ਨਹੀਂ ਹੈ, ਹੈ ਤੇ ਸਾਰਿਆਂ ਦੇ ਸਰੀਰ ਵਿੱਚ ਕੌਣ ਹੈ, ਨਿਰੰਕਾਰ। ਹਾਂਜੀ, ਪਇਓ ਕਸ਼ਟ ਜਬ ਰਾਖਸ ਤਾਈ। ਉਹਦਾ ਸਰੀਰ ਪਾਟਣ ਤੇ ਆ ਗਿਆ, ਬੜੀ ਦਰਦ ਹੋਈ ਉਹਨੂੰ। ਹਾਂਜੀ, ਦਵੈ ਜੋਜਨ ਕੀ ਦੇਹ ਵਧਾਈ, ਉਹਨੇ 2 ਜੋਜਨ ਸਰੀਰ ਹੋਰ ਵਧਾਇਆ। ਹਾਂਜੀ, ਸ਼੍ਰੀ ਗੁਰੂ ਤੇ ਤੋ ਤਨ ਵਿਸਤਾਰਾ। ਮਹਾਰਾਜ ਨੇ ਵੀ ਅੰਦਰੋਂ 2 ਜੋਜਨ ਸਰੀਰ ਹੋਰ ਵਧਾ ਲਿਆ, 3 ਜੋਜਨ ਹੋ ਗਿਆ ਜੀ। ਹਾਂਜੀ, ਅੰਤਰ ਭਇਓ ਤਾਹੇ ਦੁੱਖ ਭਾਰਾ। ਹੁਣ ਰਾਕਸ਼ਸ ਦਾ ਜਿਹੜਾ ਦੁੱਖ ਸੀ ਨਾ, ਉਹ ਅਸਹਿ ਸੀ ਸਾਧ ਸੰਗਤ ਜੀ। ਹਾਂਜੀ, 9 ਜੋਜਨ ਲਓ ਦੈਤ ਵਧਾਵਾ। ਪਰ ਫਿਰ ਵੀ 9 ਜੋਜਨ ਤੱਕ ਉਹਨੇ ਸਰੀਰ ਵਧਾ ਲਿਆ ਆਪਣਾ ਜੀ, 9 ਜੋਜਨ ਤੱਕ। ਹਾਂਜੀ, ਤੈਸੋ ਪ੍ਰਭ ਨਿਜ ਦੇਹ ਬਣਾ। ਮਹਾਰਾਜ ਨੇ ਵੀ ਅੰਦਰੇ ਅੰਦਰ ਸਰੀਰ ਵੱਡਾ ਕਰ ਲਿਆ, ਭਾਈ ਮਰਦਾਨਾ ਜੀ ਤੇ ਵੇਖਦੇ ਹੀ ਨਹੀਂ ਹੋਣ ਲੱਗ ਗਏ। ਗੱਜ ਕੇ ਆਖੋ ਵਾਹਿਗੁਰੂ। ਹਾਂਜੀ, ਭਏ ਸੁਮੇਰ ਸਮਾਨ ਸੋ ਭਾਰੀ। ਇੰਨਾ ਉੱਚਾ ਹੋ ਗਿਆ ਜਿਵੇਂ ਸੁਮੇਰ ਪਰਬਤ ਹੁੰਦਾ ਹੈ। ਹਾਂਜੀ, ਅਸੁਰ ਤਬੈ ਨਿਰਬਲਤਾ ਧਾਰੀ। ਤੇ ਹੁਣ
ਉਹ ਦੈਂਤ ਪਿਆਰਿਓ ਵਿਆਕੁਲ ਹੋ ਗਿਆ ਅਤੇ ਉਹਨੂੰ ਮਹਿਸੂਸ ਹੋ ਗਿਆ ਵੀ ਅੱਜ ਪਤਾ ਨਹੀਂ ਮੇਰੇ ਨਾਲ ਕੀ ਹੋ ਗਿਆ, ਉਹਦਾ ਸਰੀਰ ਫਟਣਾ ਸ਼ੁਰੂ ਹੋ ਗਿਆ ਜੀ। ਹਾਂਜੀ, ਠੰਡੇ ਦੇਖੇ ਦੇਵ ਆਕਾਸ਼ਾ, ਅਤੇ ਉੱਧਰ ਦੇਵਤੇ ਖਲੋਤੇ ਉੱਤੇ ਵੇਖਦੇ ਆ ਸਾਰੀ ਗੱਲ ਵੀ ਉਹ ਖਾ ਗਿਆ, ਮਹਾਰਾਜ ਨੂੰ ਮੁੱਖ 'ਚ ਪਾ ਗਿਆ, ਕੀ ਬਣੇਗਾ, ਮਹਾਰਾਜ ਤਾਂ ਆਪ ਨਿਰੰਕਾਰ ਨੇ। ਹਾਂਜੀ, ਸਭ ਹਿੰਨ ਹਾਹਾਕਾਰ ਪ੍ਰਕਾਸ਼ਾ, ਦੇਵਤੇ ਹਾਹਾਕਾਰ ਕਰਨ ਲੱਗ ਪਏ ਵੀ ਇਹ ਕੀ ਖੇਡ ਬਣ ਗਈ ਹੈ। ਹਾਂਜੀ, ਦੈਤ ਚਬਾਏ ਗਏ ਇਵ ਜਾਣੇ, ਤੇ ਦੇਵਤੇ ਕੀ ਸੋਚਦੇ ਹੈ ਵੀ ਉਹ ਮਹਾਰਾਜ ਨੂੰ ਚਬਾ ਗਿਆ ਹੈ। ਗੱਜ ਕੇ ਆਖੋ ਵਾਹਿਗੁਰੂ। ਹਾਂਜੀ, ਪ੍ਰਭ ਕੀ ਮਹਿਮਾ ਤੇ ਅਨਜਾਨੇ, ਉਹ ਦੇਵਤੇ ਵੀ ਮਹਾਰਾਜ ਦੀ ਮਹਿਮਾ ਨੂੰ ਨਹੀਂ ਜਾਣਦੇ ਜਿਵੇਂ ਸਾਡੇ ਬੰਦੇ ਨਹੀਂ ਜਾਣਦੇ। ਇਹ ਵੀ ਕਹਿੰਦੇ ਲੈ ਜੀ ਇਹ ਕਿਵੇਂ ਹੋ ਸਕਦਾ ਹੈ। ਪਿਆਰੇ ਉਹ ਜਿੱਥੇ ਗੁਰੂ ਨਾਨਕ ਸਾਹਿਬ ਸ਼ਬਦ ਆ ਜੇ ਉੱਥੇ ਸਭ ਕੁਝ ਹੋ ਸਕਦਾ, ਉੱਥੇ ਸਭ ਕੁਝ ਹੀ ਹੋ ਸਕਦਾ। ਉਹ ਦੇਵਤੇ ਵੀ ਹੈਰਾਨ ਹੋਏ, ਉਹ ਮਹਾਰਾਜ ਦੀ ਮਹਿਮਾ ਨੂੰ ਨਹੀਂ ਜਾਣਦੇ। ਮਹਾਰਾਜ ਦਾ ਤੇ ਨਾਮ ਬੰਦਾ ਲਵੇ ਤੇ ਵਾਲ ਨਹੀਂ ਮਿੰਗਾ ਹੁੰਦਾ, ਗੁਰੂ ਨਾਨਕ ਸਾਹਿਬ ਦਾ ਕਿਵੇਂ ਕੁਝ ਵਿਗਾੜ ਸਕਦਾ ਹੈ। ਹਾਂਜੀ, ਚੌਪਈ ਦੈਂਤ ਭਇਓ ਬਹਿਬਲ ਤਬ ਤਾਈ, ਉਸ ਦੈਂਤ ਦਾ ਸਰੀਰ ਨੌ ਜੋਜਨ ਜਿੰਨਾ ਜਦੋਂ ਵੱਡਾ ਹੋ ਗਿਆ ਉਹ ਬੇਬਲ ਹੋ ਗਿਆ, ਆਸਾਰ ਬੈਠਾ ਸੀ ਉਹ। ਹਾਂਜੀ, ਨਿਜ ਜੀਵਨ ਕੀ ਆਸ ਚੁਕਾਈ, ਬਸ ਉਹਨੇ ਸਮਝ ਲਿਆ ਵੀ ਹੁਣ ਮੈਂ ਮਰ ਗਿਆ, ਹੁਣ ਨਹੀਂ ਮੈਂ ਜਿਉਂਦਾ ਰਹਿਣਾ। ਹਾਂਜੀ, ਪਸਰੇ ਨੈਣ ਭਿਆਨਕ ਭਾਰੇ, ਨੈਣ ਪਸਰ ਗਏ, ਅੱਖਾਂ ਵੀ ਪਾਟਣੇ ਆ ਗਈਆਂ ਉਹਦੀਆਂ। ਹਾਂਜੀ, ਗਿਰਿਓ ਆਵਨ ਪਰ ਖਾਏ ਪਛਾਰੇ, ਧਰਤੀ ਤੇ ਪੁਆਂਟਣੀ ਖਾ ਕੇ ਡਿੱਗਾ, ਜਦੋਂ ਡਿੱਗਿਆ ਬਹੁਤ ਸਾਰੇ ਰੁੱਖ ਥੱਲੇ ਨੱਪੇ ਗਏ ਜੀ ਉਹਦੇ ਜੀ, ਐਡਾ ਵੱਡਾ ਦੇਹ ਸੀ, ਸਭ ਫਲ ਫੁੱਲ ਸਭ ਟੁੱਟ ਗਏ ਜੀ ਉੱਥੇ। ਹਾਂਜੀ, ਮਾਨੋ ਬਦਿਓ ਵਿਦਿਆਂਚਲ ਭਾਰੀ, ਹਾਂਜੀ, ਪਰਿਓ ਧਰਨ ਪਰ ਗੁਰੂ ਅਗਾਰੀ, ਸਭ ਜਿੰਨੇ ਰੁੱਖ ਸਨ ਫੁੱਲ ਬੂਟੇ ਸਭ ਕੁਝ ਟੁੱਟ ਗਿਆ ਤੇ ਜ਼ਮੀਨ 'ਚ ਟੋਇਆ ਪੈ ਗਿਆ, ਬੜਾ ਵੱਡਾ ਜੀ ਟੋਇਆ ਪੈ ਗਿਆ। ਹਾਂਜੀ, ਸਵਈਆ ਬੰਦ ਭਇਓ ਮੁਖ ਸਵਾਸ ਜਬੈ ਤਬ ਦੇਹ ਛੁੱਟੀ ਤਹਿ ਪ੍ਰਾਨ ਉਡਾਈ, ਜਦੋਂ ਮੈਂ ਸਵਾਸ ਬੰਦ ਹੋ ਗਏ ਜੀ, ਆਪਣੇ ਜਿੰਨੀ ਵੱਡੀ ਸ਼ੈ ਅੰਦਰ ਹੈ, ਆਪਣੇ ਜਿੰਨਾ ਵੱਡਾ ਸਰੀਰ ਇੱਕ ਹੋਰ ਅੰਦਰ ਹੈ, ਸਾਹ ਬੰਦ ਹੋ ਗਏ, ਸਵਾਸ ਬੰਦ ਹੋਣ ਕਰਕੇ ਉਹ ਜਿਹੜਾ ਦੈਂਤ ਸੀ ਰਾਕਸ਼ਸ ਸੀ ਉਹ ਸਰੀਰ ਛੱਡ ਗਿਆ, ਮੌਤ ਹੋ ਗਈ ਜੀ ਉਹਦੀ। ਹਾਂਜੀ, ਭਾਖਤ ਜੈ ਪੁਨ ਜੈ ਸੁਰ ਬਾਸਵ ਫੂਲਨ ਕੀ ਬਰਖਾ ਬਰਖਾ, ਤੇ ਉਧਰ ਦੇਵਤੇ ਜਿਹੜੇ ਆ ਉਹ ਜੈ ਜੈਕਾਰ ਕਰਦੇ, ਮਹਾਰਾਜ ਇਹ ਨਹੀਂ ਮਰਨਾ ਕਿਸੇ ਕੋਲੋਂ, ਇਹ ਤਾਂ ਚੁੱਕ ਕੇ ਚੁੱਕ ਖਾਈ ਜਾਂਦਾ ਸੀ ਸਾਰਿਆਂ ਕੋਲੋਂ। ਗੁਰਮੁਖੋ, ਰੱਬ ਸਾਰੀਆਂ ਵਿਧੀਆਂ ਜਾਣਦਾ, ਹਰਨਾਕਸ਼ ਬਹੁਤ ਚਲਾਕ ਸੀਗਾ, ਉਹਨੇ ਇਹੋ ਜਿਹੀ ਵਿਧੀ ਬਣਾਈ ਵੀ ਮੈਂ ਮਰਾਂ ਹੀ ਨਾ, ਰੱਬ ਨੇ ਇਕੱਲੀ ਇਕੱਲੀ ਵਿਧੀ ਪੂਰੀ ਕਰਕੇ ਉਹਨੂੰ ਵੀ ਮਾਰ ਦਿੱਤਾ ਸੀਗਾ ਜੀ, ਮਾਰ ਦਿੱਤਾ ਸੀਗਾ। ਉਹ ਕਹਿੰਦਾ ਸੀ ਨਾ ਦਿਨੇ ਮਰਾਂ ਨਾ ਰਾਤ ਮਰਾਂ, ਰੱਬ ਨੇ ਸ਼ਾਮੀ ਮਾਰ ਦਿੱਤਾ ਜੀ ਉਹਨੂੰ। ਠੀਕ ਅੱਜ ਕੇ ਆਖੋ ਨਾ ਦਿਨ ਨਾ ਰਾਤ, ਕਹਿੰਦਾ ਨਾ ਮੈਂ ਧਰਤੀ 'ਤੇ ਮਰਾਂ ਨਾ ਮੈਂ ਆਕਾਸ਼ 'ਤੇ ਮਰਾਂ, ਰੱਬ ਨੇ ਬਨੇਰੇ 'ਤੇ ਮਾਰਤਾ ਜੀ ਉਹਨੂੰ ਜੀ ਕੋਠੇ 'ਤੇ। ਕਹਿੰਦਾ ਨਾ ਮੈਂ ਅੰਦਰ ਮਰਾਂ ਨਾ ਮੈਂ ਬਾਹਰ ਮਰਾਂ, ਪਿਆਰਿਓ ਵਿੱਚ ਘਰ ਦਲੀਜ਼ 'ਚ ਮਾਰਿਆ, ਨਾ ਤੂੰ ਅੰਦਰ ਨਾ ਤੂੰ ਬਾਹਰ, ਤੂੰ ਦਲੀਜ਼ 'ਚ ਹੈ। ਕਹਿੰਦਾ ਨਾ ਮੈਂ ਮਨੁੱਖ ਕੋ ਮਰਾਂ ਨਾ ਮੈਂ ਪਸ਼ੂ ਤੋਂ ਮਰਾਂ, ਰੱਬ ਨੇ ਨਰਸਿੰਘ ਰੂਪ ਬਣਾ ਲਿਆ, ਨਾ ਮਨੁੱਖ ਕਹਿ ਸਕਦੇ ਨਾ ਪਸ਼ੂ ਕਹਿ ਸਕਦੇ, ਮੁੱਖ ਪਸ਼ੂਆਂ ਵਾਲਾ ਸਰੀਰ ਬੰਦਿਆਂ ਵਾਲਾ। ਕਹਿੰਦਾ ਨਾ ਮੈਂ ਅਸਤਰ ਕੋ ਮਰਾਂ ਨਾ ਮੈਂ ਸ਼ਸਤਰ ਕੋ ਮਰਾਂ,
ਰੱਬ ਨੇ ਨਾ ਅਸਤਰ ਵਸਤੇ ਵਰਤਿਆ ਨਾ ਸ਼ਸਤਰ, ਰੱਬ ਨੇ ਨੋ ਵਰਤ ਲਏ ਆਪਣੇ ਜੀ। ਕਰ ਕਾਕਾ ਗੱਲ, ਗੱਜ ਕੇ ਆਖੋ ਵਾਹਿਗੁਰੂ। ਉਹਦੇ ਕੋਲ ਸਭ ਕੁਝ ਹੈ, ਰੱਬ ਸਾਰੀਆਂ ਵਿਧੀਆਂ ਜਾਣਦਾ, ਪਰਮੇਸ਼ਰ ਜੀ ਜਾਣਦੇ ਆ। ਦੇਵਤੇ ਜੈ ਜੈਕਾਰ ਕਰਦੇ, ਮਹਾਰਾਜ ਮਾਰਤਾ, ਮਹਾਰਾਜ ਇਹ ਨਹੀਂ ਮਰਨਾ ਕਿਸੇ ਕੋਲੋਂ। ਹਾਂਜੀ, ਸੰਗ ਲਏ ਮਰਦਾਨਾ ਹੈ ਕੋ ਨਿਕਸੇ, ਗੁਰੂ ਬਾਹਰ ਐਸ ਸੁਹਾਈ। ਮਹਾਰਾਜ ਗਰੀਬ ਨਵਾਜ, ਫਿਰ ਆਪਣਾ ਸਰੀਰ ਛੋਟਾ ਕਰਕੇ ਮਹਾਰਾਜ ਕਹਿੰਦੇ ਆ ਮਰਦਾਨੇ, ਚੱਲ ਬਾਹਰ ਚੱਲੀਏ। ਗੱਜ ਕਿਹਾ ਕੋ ਵਾਹਿਗੁਰੂ। ਤੇ ਉਹਦੇ ਮੁੱਖ ਰਾਹੀਂ ਮਹਾਰਾਜ ਫਿਰ ਬਾਹਰ ਆ ਗਏ ਸੱਚੇ ਪਾਤਸ਼ਾਹ। ਹਾਂਜੀ, ਰਾਖਸ ਸੁੰਦਰ ਦੇਹ ਤਰਾਜਿਹ, ਚਾਰ ਪੂਜਾ ਸ਼ਰਤ ਕੁੰਡਲ ਪਾਏ। ਹੁਣ ਉਸ ਦੈਂਤ ਦੀ ਆਤਮਾ ਬਾਹਰ ਨਿਕਲੀ, ਰੂਹ ਨਿਕਲੀ ਬਾਹਰ ਦੀ, ਤੇ ਉਹਦੀ ਦੂਹ ਜਿਹੜੀ ਹੈ ਉਹ ਬਾਹਰ ਆਈ। ਬੜਾ ਸੋਹਣਾ ਉਹਦਾ ਰੂਪ ਬਣ ਗਿਆ ਸੀਗਾ। ਹਾਂਜੀ, ਪੂਰਬ ਬੰਧਨ ਕੋ ਕਰਕੇ, ਪ੍ਰਸ਼ੰਸਸ ਕੇ ਪੁਨ ਬਹਿਨ ਵਾਲਾ। ਉਹਨੇ ਮਹਾਰਾਜ ਸੱਚੇ ਪਾਤਸ਼ਾਹ ਦੀ ਨੂੰ ਉਹਦੀ ਰੂਹ ਨੇ ਮੱਥਾ ਟੇਕਿਆ। ਆਪਾਂ ਵੀ ਟੇਕੀਏ। ਨਾਨਕ ਦੇਵ ਸਾਹਿਬ ਜੀ ਮਹਾਰਾਜ, ਉਹਦੀ ਰੂਹ ਨੇ ਮੱਥਾ ਟੇਕਿਆ। ਹੇ ਕਰਤਾਰ ਧਰਿਓ ਅਵਤਾਰ, ਕਲੀ ਮਹਿ ਆਏ ਕੇ ਨਾਮ ਜਪਾਏ। ਮਹਾਰਾਜ ਬੜੀ ਕਿਰਪਾ ਕੀਤੀ, ਮਹਾਰਾਜ ਤੁਸੀਂ ਤਾਂ ਆਪ ਰੱਬ ਪਰਮੇਸ਼ਰ ਹੋ, ਕਲਯੁਗ ਦੇ ਵਿੱਚ ਪ੍ਰਗਟ ਹੋ ਕੇ ਨਾਮ ਜਪਾ ਰਹੇ। ਮਹਾਰਾਜ ਤੁਸੀਂ ਤਾਂ ਆਪ ਪਰਮੇਸ਼ਰ ਹੋ। ਹਾਂਜੀ, ਹਮ ਸੇ ਜੋ ਅਗੀ ਤਿੰਨ ਕੋ ਗਤ ਦੇਵਨ। ਮਹਾਰਾਜ ਸਾਡੇ ਵਰਗੇ ਪਾਪੀ ਉਹਨਾਂ ਨੂੰ ਵੀ ਗੱਤ ਦੇਣ ਵਾਸਤੇ ਆਵਨ ਭਾ ਤੁਮਰੋ ਇਹ ਥਾਈ। ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ, ਮਹਾਰਾਜ ਤੁਸੀਂ ਇਸ ਧਰਤੀ ਤੇ ਆਏ ਹੋ ਮੇਰੇ ਵਰਗੇ ਪਾਪੀਆਂ ਦਾ ਉਧਾਰ ਕਰਨ ਵਾਸਤੇ। ਹੁਣ ਭਾਈ ਮਰਦਾਨਾ ਜੀ ਵੇਖਣ ਵੀ ਇਹ ਕੌਣ ਹੈ, ਆ ਜਿਹੜਾ ਦੇਵਤਾ ਨਿਕਲ ਕੇ ਏਡੀਆਂ ਸੋਹਣੀਆਂ ਗੱਲਾਂ ਕਰ ਰਿਹਾ। ਹਾਂਜੀ, ਮਰ ਹਰੀ ਛੰਦ ਲੱਖ ਮੈਂ ਮਰਦਾਨਾ, ਉਰ ਬਿਸਮਾਨਾ ਗੁਰੂ ਉਰ ਦੇ ਇਹੋ ਜਾਨ। ਤੇ ਸਾਧ ਸੰਗਤ ਭਾਈ ਬਾਲਾ ਜੀ ਕਹਿੰਦੇ ਮੈਂ ਵੀ ਪਹੁੰਚ ਗਿਆ, ਜਦੋਂ ਏਡਾ ਵੱਡਾ ਸਰੀਰ ਵੇਖਿਆ ਉਹਦਾ, ਮੈਂ ਵੇਖਿਆ ਮਹਾਰਾਜ ਅੰਦਰ ਗਏ ਸਨ, ਤੇ ਮੈਂ ਤੇ ਮਰਦਾਨਾ ਜੀ ਨੇ ਵੇਖਿਆ, ਬਾਲਾ ਤੇ ਮਰਦਾਨਾ ਜੀ ਨੇ, ਉਹ ਰੂਹ ਮਹਾਰਾਜ ਨੂੰ ਮੱਥਾ ਟੇਕਣ ਦਈ ਹੈ। ਹਾਂਜੀ, ਬੂਝਾ ਪੁੰਨ ਸੋਈ ਤਾਂ ਤੁਮ ਕੋ ਹੋਈ, ਸਭ ਬਿਦ ਕਰੋ ਬਖਾਨ। ਕਹਿੰਦੇ ਅਸੀਂ ਪੁੱਛਿਆ ਵੀ ਭਾਈ ਤੂੰ ਕੌਣ ਹੈ, ਸਾਨੂੰ ਆਪਣੇ ਬਾਰੇ ਦੱਸ, ਤੂੰ ਕੌਣ ਹੈ ਏਡਾ ਵੱਡਾ ਸਰੀਰ ਲਈ ਫਿਰਦਾ ਸੈ। ਹਾਂਜੀ, ਨਿਜ ਗਾਥ ਉਚਾਰੀ ਪ੍ਰਭੂ ਅਗਾਰੀ, ਸੁਣੋ ਉਧਾਰਕ ਮੇਰ। ਤੇ ਫਿਰ ਉਹ ਦੈਂਤ ਕਹਿਣ ਲੱਗਾ, ਹੇ ਮੇਰੇ ਉਧਾਰਕ ਸੱਚੇ ਪਾਤਸ਼ਾਹ, ਪਤਾ ਤੇ ਤੁਹਾਨੂੰ ਸਭ ਕੁਝ ਹੈ, ਫਿਰ ਵੀ ਮੈਂ ਤੁਹਾਡੇ ਸਾਹਮਣੇ ਦੱਸਣ ਲੱਗਾ ਮਹਾਰਾਜ। ਹਾਂਜੀ, ਜਬ ਜਨਕ ਬਦੇਹੀ ਤਬ ਨਰ ਦੇਹੀ, ਹੁਤੋ ਰਸੋਈਆ ਚੇਰ। ਮਹਾਰਾਜ ਜਦੋਂ ਰਾਜਾ ਜਨਕ ਜੀ ਦਾ ਸਮਾਂ ਸੀ ਨਾ, ਤੂੰ ਤਾਂ ਜਨਕ ਰਾਜਾ ਅਵਤਾਰ। ਗੱਜ ਕੇ ਆਖੋ ਵਾਹਿਗੁਰੂ। ਮਹਾਰਾਜ ਜਦੋਂ ਰਾਜਾ ਜਨਕ ਜੀ ਦਾ ਸਮਾਂ ਸੀ, ਗੁਰਮੁਖ ਸਨ, ਵਿਦੇਹੀ ਹੋਏ ਹੈ, ਮਹਾਰਾਜ ਮੈਂ ਰਾਜੇ ਜਨਕ ਦਾ ਰਸੋਈਆ ਸਾਂ, ਰਸੋਈਆ। ਹਾਂਜੀ, ਇੱਕ ਕਾਲ ਨਰੇਦੂ ਸੰਤਨ ਨੋਦੂ, ਕਰੀ ਰਸੋਈ ਸਾਰ। ਇੱਕ ਦਿਨ ਰਾਜੇ ਜਨਕ ਨੇ ਬੜੇ ਬੜੇ ਉੱਚੇ ਸੰਤ ਮਹਾਤਮਾ ਸੱਦੇ, ਬੜੇ ਬੜੇ ਜਪੀ ਤਪੀ ਤਪੀਸ਼ਵਰ, ਤੇ ਸੱਦ ਕੇ ਉਹਨਾਂ ਨੂੰ ਪ੍ਰਸ਼ਾਦੇ ਦਾ ਨਿਯੋਤਾ ਦਿੱਤਾ ਵੀ ਤੁਹਾਨੂੰ ਪ੍ਰਸ਼ਾਦਾ ਛਕਾਉਣਾ। ਹੁਣ ਸੇਵਾ ਕਰਦਿਆਂ ਬੜਾ ਧਿਆਨ ਰੱਖਿਓ ਜਿਹੜੇ ਲੰਗਰ ਪਕਾਉਂਦੇ ਆ। ਹਾਂਜੀ, ਤਬ ਤਬ ਮੁਝ ਸੁਧ ਲਾਗੇ, ਸਭ ਹਿਨ ਆਗੇ ਕੀਨ ਦੁਰਾਏ ਆਹਾਰ। ਤੇ ਮੈਨੂੰ ਭੁੱਖ ਲੱਗ ਗਈ ਮਹਾਰਾਜ, ਮੈਂ ਕੁਝ ਹੋਰ ਵੀ ਖਾ ਸਕਦਾ ਸਾਂ,
ਪਰ ਪ੍ਰਸ਼ਾਦਾ ਬੜਾ ਵਧੀਆ ਬਣਿਆ ਸੀ। ਉਹਨਾਂ ਰੱਬ ਦੇ ਪਿਆਰੇ ਸੰਤਾਂ ਮਹਾਂਪੁਰਖਾਂ ਛਕਣਾ ਸੀ, ਪਰ ਪਹਿਲਾਂ ਮੈਂ ਛਕ ਲਿਆ ਮਹਾਰਾਜ, ਮੈਂ ਜੂਠਾ ਕਰਤਾ। ਹੁਣ ਜੋ ਮਰਜ਼ੀ ਆਪਾਂ ਤਰਕ ਦੀ ਦੁਨੀਆ ਨਾ ਕਹਿ ਦਈਏ ਜੀ, ਇਹ ਵੀ ਤਾਂ ਬੰਦਾ ਹੀ ਹੈ, ਆਪਾਂ ਪ੍ਰਵਾਨ ਕਰਦੇ ਹਾਂ। ਦੇਗ ਨੂੰ ਭੋਗ ਨਾ ਲੱਗਾ ਹੋਵੇ ਕਿਸੇ ਨੂੰ ਦਿੰਦੇ ਹਾਂ ਦੇਗ, ਜਾਂ ਕੋਈ ਆਪਣੀ ਮਰਜ਼ੀ ਨਾ ਲੈ ਜੇ, ਮਰਜ਼ਾਦਾ ਹੈ, ਪਹਿਲਾਂ ਸਤਿਗੁਰਾਂ ਨੂੰ ਭੋਗ ਲੱਗੇਗਾ। ਉਹ ਕਹਿੰਦੇ ਮਹਾਰਾਜ ਮੈਂ ਵਿੱਚੋਂ ਪ੍ਰਸ਼ਾਦਾ ਛੱਕ ਗਿਆ, ਜੂਠਾ ਕਰਤਾ। ਹਾਂਜੀ, ਨਰਿਪ ਨੇ ਜਬ ਜਾਨੀ ਗਿਰਬ ਖਾਨੀ ਜੂਠੀ ਭਈ ਰਸੋਏ। ਮੈਂ ਤੇ ਦੱਸਿਆ ਨੀ, ਪਰ ਰਾਜਾ ਜਨਕ ਜਿਹੜਾ ਸੀ ਉਹ ਦ੍ਰਿਸ਼ਟੀ ਵਾਲਾ ਸੀ। ਜਦੋਂ ਭੋਜਨ ਰਾਜੇ ਜਨਕ ਦੇ ਸਾਹਮਣੇ ਆਇਆ, ਰਾਜਾ ਜਨਕ ਜੀ ਨੂੰ ਪਤਾ ਲੱਗ ਗਿਆ ਵੀ ਇਹ ਜੂਠਾ ਹੈ ਸਾਰਾ, ਇਹ ਸੁੱਚਾ ਨਹੀਂ ਹੈ। ਰਾਜਾ ਜਨਕ ਦ੍ਰਿਸ਼ਟੀ ਵਾਲੇ ਸਨ। ਹਾਂਜੀ, ਸਰਤਾ ਮਹਿ ਡਾਰੀ ਸੰਤ ਨਾ ਖੁਆਰੇ। ਉਹਨਾਂ ਕੀ ਕੀਤਾ, ਉਹਨਾਂ ਸਾਰਾ ਭੋਜਨ ਨਦੀ ਚ ਪਵਾ ਤਾ ਵੀ ਇਹ ਸੰਤ ਨਹੀਂ ਛਕਣਗੇ, ਉਹਨਾਂ ਵਾਸਤੇ ਨਵਾਂ ਭੋਜਨ ਬਣਾਓ। ਹਾਂਜੀ, ਲੱਖ ਔਗਣ ਮਮ ਸੋਏ। ਮੇਰੇ ਚ ਔਗਣ ਜਾਣਿਆ, ਮੈਂ ਬੋਲ ਕੇ ਤਾਂ ਨਹੀਂ ਦੱਸਿਆ, ਪਰ ਰਾਜੇ ਜਨਕ ਨੂੰ ਪਤਾ ਲੱਗ ਗਿਆ। ਗੱਜ ਕੇ ਆਖੋ ਵਾਹਿਗੁਰੂ। ਆ ਕਈ ਲੰਗਰ ਬਣਾਉਂਦੇ ਵਿੱਚੇ ਜੂਠ ਮੀਠ ਕਰੀ ਜਾਂਦੇ ਆ ਵਿੱਚੇ ਹੀ, ਉਹ ਮਹਾਰਾਜ ਦਾ ਬਣਾਉਂਦੇ ਹੁੰਦੇ ਆ ਤੇ ਵਿੱਚੋਂ ਸਲਾਦ ਆਪ ਖਾਈ ਜਾਂਦੇ ਕੱਟ ਕੱਟ ਕੇ। ਉਹ ਪ੍ਰਸ਼ਾਦਾ ਸਤਿਗੁਰਾਂ ਦੀ ਸਬਜ਼ੀ ਬਣਾ ਰਹੇ ਹੁੰਦੇ ਆ ਮਹਾਰਾਜ ਵਾਸਤੇ ਤੇ ਵਿੱਚੋਂ ਆਪ ਛਕੀ ਜਾਂਦੇ ਆ। ਤੇ ਇੱਕ ਹੋਰ ਗੱਲ, ਲੰਗਰ ਬਣਾਉਂਦਿਆਂ ਹੀ ਪਾਣੀ ਦੀ ਪਿਆਸ ਲੱਗ ਗਈ, ਪਾਣੀ ਪੀਣ ਲੱਗ ਪਏ ਤੇ ਹੱਥ ਨਹੀਂ ਧੋਤੇ, ਜੂਠੇ ਉਹ ਹੱਥ ਜੂਠੇ ਆ, ਗਲਾਸ ਉੱਥੇ ਰੱਖਦਾ ਔਰ ਇਹਨਾਂ ਦੀ ਫਿਰ ਖੁਰਪਾ ਫੜ ਕੇ ਫੇਰਨ ਲੱਗ ਪਏ। ਇਹ ਕੀ ਹੈ, ਇਹ ਜੂਠ ਹੈ ਸਾਰੀ। ਗੱਜ ਕੇ ਆਖੋ ਹੱਥ ਉਹਦੇ ਜੂਠੇ ਹੈ, ਉਹ ਸਾਰਾ ਲੰਗਰ ਉਵੇਂ ਵਰਤਾ ਤਾ। ਸਿੰਘਾਂ ਨੇ ਛਕਣਾ, ਸਤਿਗੁਰਾਂ ਨੇ ਛਕਣਾ, ਸੰਗਤ ਨੇ ਛਕਣਾ, ਕਿਵੇਂ ਛਕਾ ਦਿਆਂਗੇ ਮਹਾਰਾਜ ਨੂੰ। ਤੇ ਲਾ ਕੇ ਉਹ ਜੇ ਬੰਦੇ ਫਿਰ ਥਾਲਾ ਤਿਆਰ ਕਰਕੇ ਮਹਾਰਾਜ ਨੂੰ ਕਹਿੰਦੇ ਜੀ ਭੋਗ ਲਾਓ, ਮਹਾਰਾਜ ਨੂੰ ਨੀ ਪਤਾ, ਮਹਾਰਾਜ ਨੂੰ ਕਹਿ ਦਿੰਦੇ ਜੀ ਭੋਗ ਲਾਓ, ਸਤਿਗੁਰੂ ਜੀ ਭੋਗ ਲਾਓ। ਤੇ ਸਾਰੀ ਜੂਠ ਮੀਠ ਬਣਾਉਣ ਲੱਗਿਆਂ ਕੀਤੀ ਹੁੰਦੀ ਹੈ। ਇਹ ਬੜੀ ਸੁਚਮਤਾ ਨਾਲ ਚਾਹੀਦਾ। ਕਹਿੰਦੇ ਜਨਕ ਰਾਜੇ ਨੇ ਮੇਰਾ ਔਗੁਣ ਜਾਣਿਆ। ਹਾਂਜੀ, ਸਵਈਆ ਸ਼ਰਾਪ ਦਿਓ ਪੁਨ ਭੂਪਤ ਮੋਹੇ ਕਹਿਓ ਬੜ ਰਾਖਸ ਹੋਵੋ ਅਜਾਈ। ਉਹ ਕਹਿੰਦੇ ਬੜੇ ਸੰਤ ਨੇ, ਬੜੇ ਸੰਤਾਂ ਨੇ ਪ੍ਰਸ਼ਾਦਾ ਛਕਣਾ ਸੀ, ਬੜੀ ਵੱਡੀ ਗਿਣਤੀ ਚ ਪ੍ਰਸ਼ਾਦਾ ਤਿਆਰ ਹੋਇਆ, ਪਰ ਤੂੰ ਸਾਰਾ ਖਰਾਬ ਕਰਤਾ, ਹੁਣ ਤੇਰਾ ਬੜਾ ਵੱਡਾ ਸਰੀਰ ਹੋਏਗਾ ਤੇ ਦੁੱਖ ਭੋਗੇਗਾ, ਹੁਣ ਤੂੰ ਦੁੱਖ ਭੋਗੇਗਾ, ਬੜਾ ਵੱਡਾ ਸਰੀਰ ਹੋਏਗਾ, ਦੁੱਖ ਭੋਗੇਗਾ ਤੇ ਦੈਂਤ ਬਣੇਗਾ। ਇਹ ਸਰੀਰ ਵੀ ਹਿਸਾਬ ਦਾ ਹੀ ਹੋਵੇ ਤੇ ਠੀਕ ਹੈ, ਬਾਹਲਾ ਵੱਡਾ ਵੀ ਬੰਦੇ ਨੂੰ ਦੁਖੀ ਕਰਦਾ ਹੈ ਜੀ, ਬਾਹਲਾ ਬਹੁਤਾ ਮੋਟਾ ਸਰੀਰ ਵੀ ਦੁਖੀ ਕਰਦਾ, ਤੇ ਬਹੁਤਾ ਪਤਲਾ ਵੀ ਜਿਹੜਾ ਸੱਤਿਆ ਪ੍ਰਾਣ ਹੀ ਨਹੀਂ ਹੁੰਦੇ ਉਹ ਵੀ ਦੁਖੀ ਕਰਦਾ, ਉਹ ਕਹਿੰਦਾ ਮੈਂ ਤਗੜਾ ਹੋਵਾਂ। ਹਾਂਜੀ, ਦੀਨ ਭਇਓ ਸੁਨ ਬੂਝਤ ਮੈਂ ਕਬ ਹੋਵੇਗੀ ਗਤ ਦੇਹੋ ਬਤਾਈ। ਤੇਰਾ ਬੜਾ ਵੱਡਾ ਸਰੀਰ ਹੋਏਗਾ, ਤੂੰ ਕਹਿਣ ਲੱਗੇ ਰਾਕਸ਼ਸ ਦੈਂਤ ਬਣੇਗਾ, ਭਟਕਦਾ ਫਿਰੇਗਾ, ਭੁੱਖਾ ਰਿਹਾ ਕਰੇਗਾ, ਕਦੀ ਕਦੀ ਖਾਣ ਨੂੰ ਮਿਲਿਆ ਕਰੇਗਾ, ਕਦੀ ਕਦੀ ਖਾਣ ਨੂੰ ਮਿਲਿਆ ਕਰੇਗਾ। ਕਹਿੰਦੇ ਦੀਨ ਭਇਓ ਸੁਨ ਬੂਝਤ ਮੈਂ ਕਬ ਹੋਵੇਗੀ ਗਤ ਦੇਹੋ ਬਤਾਈ। ਕਹਿੰਦੇ ਮੈਂ ਫਿਰ ਰਾਜੇ ਜਨਕ ਜੀ ਨੂੰ ਪੁੱਛਿਆ
ਤੁਸੀਂ ਮਹਾਂਪੁਰਖ ਹੋ, ਬਿਨਾਂ ਦੱਸਣ ਤੋਂ ਤੁਹਾਨੂੰ ਪਤਾ ਲੱਗ ਗਿਆ, ਅੰਤਰਜਾਮੀ ਹੋ, ਹੁਣ ਇਹੋ ਹੀ ਦੱਸ ਦਿਓ ਵੀ ਮੇਰਾ ਛੁਟਕਾਰਾ ਕਿਵੇਂ ਹੋਏਗਾ ਉਸ ਸਰੀਰ ਵਿੱਚੋਂ। ਹਾਂਜੀ, ਭੂਪ ਭੰਨਿਓ ਕਲ ਕਾਲ ਵਿਖੇ, ਗੁਰੂ ਨਾਨਕ ਰੂਪ ਧਰੇ ਹਰ ਜਾਈ। ਕੱਜ ਕੇ ਆਖੋ, ਕਹਿੰਦੇ ਜਨਕ ਰਾਜੇ ਨੇ ਫਿਰ ਆਖਿਆ, ਤੂੰ ਕਲਯੁਗ ਤੱਕ ਬੈਠਾ ਰਹੇਗਾ, ਕਲਯੁਗ ਵਿੱਚ ਆਪ ਪਰਮੇਸ਼ਰ ਨੇ ਸਰੀਰ ਧਾਰਨਾ, ਨਾਮ ਹੋਣਾ ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ। ਕਿੰਨਾ ਮਾਣ ਹੈ ਸਾਨੂੰ ਮਹਾਰਾਜ ਸੱਚੇ ਪਾਤਸ਼ਾਹ ਦੇ ਸਿੱਖਾਂ। ਕਹਿੰਦੇ ਜਨਕ ਜੀ ਨੇ ਆਖਿਆ ਵੀ ਕਲਯੁਗ ਵਿੱਚ ਆਪ ਰੱਬ ਨੇ ਸਰੀਰ ਧਾਰਨ ਕਰਨਾ, ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਓ, ਆਪ ਨਿਰੰਕਾਰ ਨੇ ਸਰੀਰ ਧਾਰਨਾ, ਨਾਮ ਹੋਣਾ ਗੁਰੂ ਨਾਨਕ ਸਾਹਿਬ। ਹਾਂਜੀ, ਨਾਮ ਜਪਾਏ ਕੈ ਲੋਕ ਉਧਾਰਨ, ਉਹ ਕੀ ਕਰਨਗੇ, ਨਾਮ ਜਪਾਉਣਗੇ, ਲੋਕਾਂ ਦਾ ਉਧਾਰ ਕਰਨਗੇ। ਤਾਹੇ ਮਿਲਾਪ ਤੇ ਸਰਾਪ ਮਿਟਾਈ, ਉਹ ਮਿਲਣਗੇ ਤੇ ਫਿਰ ਤੇਰਾ ਸ਼ਰਾਪ ਦੂਰ ਹੋਏਗਾ, ਉਹਨਾਂ ਚਿਰ ਤੱਕ ਗੱਲ ਤੇਰੀ ਬਣਨੀ ਨਹੀਂ ਪਿਆਰਿਆ। ਹਾਂਜੀ, ਮਰ ਹਰੀ ਛੰਦ ਅਬ ਭਇਓ ਮਿਲਾਪਾ, ਮਿਟ ਗਇਓ ਸਰਾਪ। ਸਤਿਗੁਰੂ, ਅੱਜ ਮਿਲਾਪ ਹੋ ਗਿਆ, ਸਰਾਪ ਮਿਟ ਗਿਆ, ਪਤਾ ਨਹੀਂ ਅਜੇ ਕਿੰਨਾ ਕੁ ਵੱਡਾ ਇਹਦਾ ਸਰੀਰ ਹੋਣਾ ਸੀ, ਜਨਕ ਜੀ ਦਾ ਬਚਨ ਕਿੰਨਾ ਕੁ ਫਲੀਭੂਤ ਹੋਣਾ ਸੀ, ਗੁਰੂ ਨਾਨਕ ਸਾਹਿਬ ਨੇ ਇੱਕ ਘੜੀ ਤੋਂ ਪਹਿਲਾਂ ਹੀ 9 ਯੋਜਨ ਤੱਕ ਇਹਦਾ ਸਰੀਰ ਵੱਡਾ ਕਰਤਾ ਜੀ। ਇਹਦੇ ਵਿੱਚ ਜਾ ਕੇ 9 ਯੋਜਨ ਤੱਕ ਇਹਦਾ ਸਰੀਰ ਵੱਡਾ ਕਰਤਾ ਅਤੇ ਫਿਰ ਮਹਾਰਾਜ ਨੇ ਇਹਦਾ ਭਲਾ ਕੀਤਾ ਜੀ। ਇਹ ਮਹਾਰਾਜ ਨੇ ਐਵੇਂ ਨਹੀਂ ਇਹਦਾ ਸਰੀਰ ਵੱਡਾ ਕੀਤਾ, ਮਹਾਰਾਜ ਨੂੰ ਪਤਾ ਵੀ ਬੜਾ ਵੱਡਾ ਹੋਣਾ ਇਹਦਾ ਸਰੀਰ, ਅਜੇ ਹੋਰ ਵੱਡਾ ਹੋਣਾ। ਹਾਂਜੀ, ਰਾਖਸ ਤਨ ਪਲਟਾਏ, ਤੇ ਮਹਾਰਾਜ ਅੱਜ ਕਿਰਪਾ ਕੀਤੀ ਆ, ਦੇਹ ਏਡੀ ਵੱਡੀ ਦੇਹ ਤੋਂ ਮਹਾਰਾਜ ਮੇਰਾ ਛੁਟਕਾਰਾ ਕਰਾ ਦਿੱਤਾ ਤੁਸੀਂ। ਹਾਂਜੀ, ਕਹੇ ਗਾਥਾ ਸਭ ਹੀ ਬੰਦਤ, ਤਬ ਹੀ ਗਯੋ ਬੈਕੁੰਠ ਧਾਏ, ਤੇ ਕਹੇ ਗਾਥਾ ਸਭ ਹੀ ਬੰਦਤ ਤਬ ਹੀ, ਮਹਾਰਾਜ ਸੱਚੇ ਪਾਤਸ਼ਾਹ ਨੂੰ ਸਾਰੀ ਕਹਾਣੀ ਸੁਣਾ ਕੇ ਮੱਥਾ ਟੇਕਿਆ, ਗਯੋ ਬੈਕੁੰਠ ਧਾਏ, ਤੇ ਸੱਚਖੰਡ ਨੂੰ ਚਲੇ ਗਿਆ ਜੀ। ਉਹ ਜੀ ਵੇਖ ਲਓ, ਸੱਚਖੰਡ ਗਈ ਉਹਦੀ ਫਿਰ ਰੂਹ। ਹਾਂਜੀ, ਪੇਖ ਸੁਨ ਮਰਦਾਨਾ ਭਇਓ ਹੈਰਾਨਾ, ਨਮਸਕਾਰ ਪਗ ਕੀਨ। ਮਰਦਾਨਾ ਜੀ ਬੜੇ ਹੈਰਾਨ ਹੋਏ ਗੱਲ ਸੁਣ ਕੇ, ਉਹਨਾਂ ਦੇ ਅੰਦਰ ਇੱਕ ਸਵਾਲ ਪੈਦਾ ਹੋ ਗਿਆ। ਪਹਿਲਾਂ ਤੇ ਮਰਦਾਨਾ ਜੀ ਨੇ ਸਾਰੇ ਕੰਮ ਛੱਡ ਕੇ ਸਤਿਗੁਰਾਂ ਨੂੰ ਮੱਥਾ ਟੇਕਿਆ ਜੀ। ਹਾਂਜੀ, ਹੋ ਤੁਮ ਜਗਦੀਸਾ ਮਯਾ ਕਰੀਸਾ, ਮਹਿਮਾ ਮੈਂ ਨਹਿ ਚੀ। ਕਹਿੰਦੇ ਮਹਾਰਾਜ ਪਹਿਲਾਂ ਤੇ ਮੈਨੂੰ ਮਾਫ਼ੀ ਬਖਸ਼ਿਓ, ਮੈਂ ਐਵੇਂ ਫਲ ਖਾਣ ਚਲੇ ਗਿਆ, ਮਹਾਰਾਜ ਮੈਂ ਆਪ ਜੀ ਦੀ ਮਹਿਮਾ ਨਹੀਂ ਜਾਣੀ। ਹਾਂਜੀ, ਵੱਡ ਰਾਖਸ ਮਾਰਿਓ ਮੁਝੇ ਛੁਟਾਰਿਓ, ਜਹ ਦੀਰਗ ਵਿਸਤਾਰ। ਤੇ ਹੁਣ ਮਹਾਰਾਜ ਜੀ ਦਾ ਏਡਾ ਵੱਡਾ ਵਿਸਥਾਰ ਸੀ, ਏਡਾ ਵੱਡਾ ਰਾਖਸ ਦੈਂਤ, ਮਹਾਰਾਜ ਉਹਨੂੰ ਤੁਸੀਂ ਮਾਰਿਆ ਤੇ ਮਹਾਰਾਜ ਮੈਨੂੰ ਬਚਾ ਲਿਆ, ਹੁਣ ਕੌਣ ਦੱਸੇ ਵੀ ਮਰਦਾਨਾ ਜੀ ਜੇ ਤੁਹਾਨੂੰ ਭੁੱਖ ਨਾ ਲੱਗਦੀ, ਤੁਸੀਂ ਬਚਨ ਨਾ ਮੇਟਦੇ ਤੇ ਉਹਦਾ ਉਧਾਰ ਕਿਵੇਂ ਹੋਣਾ ਸੀਗਾ। ਇਹ ਤੇ ਮਹਾਰਾਜ ਦੀ ਆਪਣੀ ਖੇਡ ਹੈ ਸਾਰੀ, ਗੁਰੂ ਨਾਨਕ ਸਾਹਿਬ ਜੀ ਦੀ। ਹਾਂਜੀ, ਤਹਿ ਤਰੇ ਤਰੋਵਰ ਚੂਰਨ ਪੇ ਧਰ, ਨੌ ਯੋਜਨ ਆਕਾਰ। ਮਹਾਰਾਜ ਵੇਖੋ ਏਡਾ ਵੱਡਾ ਸਰੀਰ ਥੱਲੇ ਡਿੱਗਿਆ, ਤੇ ਮਹਾਰਾਜ ਕਿਵੇਂ ਰੁੱਖ ਵਗੈਰਾ ਸਾਰਾ ਕੁਝ ਟੁੱਟ ਗਿਆ।
ਹਾਂਜੀ, ਇਹ ਬਿਦਗਤ ਪਾਈ ਕੌਣ ਕਮਾਈ ਦੀਜੈ ਹਮੇ ਬਤਾਏ। ਤੇ ਮਹਾਰਾਜ ਸੱਚੇ ਪਾਤਸ਼ਾਹ ਇੱਕ ਸ਼ੰਕਾ ਆ ਗਿਆ ਮਨ 'ਚ। ਹਾਂਜੀ, ਜੀਵਨ ਸੰਤਾਪੀ ਇਹ ਵੱਡ ਪਾਪੀ ਗਾਂ ਬੈਕੁੰਠ ਸੁਖ ਪਾਏ। ਏਡਾ ਵੱਡਾ ਪਾਪੀ, ਇੰਨਾ ਵੱਡਾ ਸਰੀਰ, ਏਡਾ ਵੱਡਾ ਪਾਪ ਕੀਤਾ, ਜਨਕ ਜੀ ਨੇ ਆ ਕੇ ਬਚਨ ਕਰਤਾ ਵੀਰ ਰਸ 'ਚ, ਅਤੇ ਮਹਾਰਾਜ ਏਡਾ ਵੱਡਾ ਸਰੀਰ ਮਿਲਿਆ, ਇਹ ਤਾਂ ਸੰਤਾਪੀ ਪਾਪੀ ਹੈ, ਇਹਨੇ ਕਿਹੜਾ ਇਹੋ ਜਿਹਾ ਕੰਮ ਕਰਦਾ ਵੀ ਇਹਨੂੰ ਸੱਚਖੰਡ ਭੇਜ ਦਿੱਤਾ ਮਹਾਰਾਜ ਤੁਸੀਂ, ਇਹਨੇ ਇਹੋ ਜਿਹਾ ਕਿਹੜਾ ਕੰਮ ਕਰਤਾ। ਹਾਂਜੀ, ਦੋਹਰਾ ਕਮਲ ਬਦਨ ਬੋਲੇ ਤਬਹੇ ਜਨਮ ਪੂਰਾ ਕੇ ਮਾਹੇ। ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਿਵਾਜ ਕਹਿਣ ਲੱਗੇ, ਮਰਦਾਨਾ ਜੀ ਸੁਣ, ਤੁਸੀਂ ਵੀ ਸੁਣਿਓ ਸਾਰੇ ਧਿਆਨ ਨਾਲ, ਗੱਜ ਕੇ ਆਖੋ ਵਾਹਿਗੁਰੂ। ਮਹਾਰਾਜ ਕਹਿੰਦੇ ਜਿਹੜਾ ਪਹਿਲਾ ਇਹਦਾ ਜੀਵਨ ਹੈ ਨਾ, ਜਨਕ ਜੀ ਦੇ ਕੋਲ ਬਿਤਾਇਆ ਇਹਨੇ, ਮਹਾਰਾਜ ਕਹਿੰਦੇ। ਹਾਂਜੀ, ਸੰਤਨ ਕੀ ਸੇਵਾ ਕਰੀ ਚਿਰੰਕਾਲ ਲਗਤਾ ਹੈ। ਤੇ ਜਨਕ ਜੀ ਦੇ ਕੋਲ ਰਹਿ ਕੇ ਬੜਾ ਲੰਮਾ ਸਮਾਂ ਇਹ ਸੰਤਾਂ ਦੀ ਸੇਵਾ ਕਰਦਾ ਰਿਹਾ। ਭੁੱਲ ਤੇ ਕੋਈ ਬਹੁਤੀ ਤਾਂ ਸੇਵਾ ਹੀ ਕੀਤੀ ਨਾ ਇਹਨੇ, ਮਹਾਰਾਜ ਕਹਿੰਦੇ ਸੇਵਾ ਹੀ ਕੀਤੀ ਨਾ। ਹਾਂਜੀ, ਤੇ ਫਲ ਉੱਤਮ ਪਦ ਲਹੇ ਉਹ ਮੁਕਤ ਪਾਏ ਦੁੱਖ ਦਾ। ਉਹ ਜਿਹੜੀ ਪਹਿਲੇ ਜਨਮ ਵਿੱਚ ਇਹਨੇ ਇੰਨੀ ਮਹਾਨ ਸੇਵਾ ਕੀਤੀ, ਇੱਕ ਗੁਰਮੁਖ ਦੇ ਦਰਸ਼ਨ ਕਰਦਾ ਰਿਹਾ, ਗਾਂ ਸੰਤਾਂ ਦੀ ਸੇਵਾ ਕਰਦਾ ਰਿਹਾ, ਮਹਾਰਾਜ ਕਹਿੰਦੇ ਇਹ ਜਨਮ ਵਿੱਚ ਸਰੀਰ ਵੱਡਾ ਵੱਡਾ ਹੁੰਦਾ ਗਿਆ, ਬੜਾ ਹੀ ਵੱਡਾ ਸਰੀਰ ਹੋ ਗਿਆ, ਪਰ ਪਹਿਲੇ ਜਨਮ ਦਾ ਫਲ ਇਸ ਜਨਮ ਵਿੱਚ ਮਿਲਿਆ। ਮਹਾਰਾਜ ਕਹਿੰਦੇ ਵੇਖ ਲਓ, ਗੁਰੂ ਨਾਨਕ ਸਾਹਿਬ ਪਾਪ ਵੀ ਇਸੇ ਜਨਮ 'ਚ ਹੀ ਭੁਗਤਾ ਤਾ, ਅਤੇ ਮਹਾਰਾਜ ਨੇ ਪਹਿਲੇ ਜਨਮਾਂ 'ਤੇ ਕੀਤੀ ਸੇਵਾ ਦਾ ਫਲ ਵੀ ਇਸੇ ਜਨਮ 'ਚ ਹੀ ਦੇ ਦਿੱਤਾ ਜੀ। ਹਾਂਜੀ, ਸੰਤਨ ਸੇਵ ਅਕਾਰ ਥੀ ਕਰੀ ਕਬੈ ਨਹੀਂ ਜਾਹੇ। ਆਹ ਗੱਲ ਬੜੀ ਉੱਤਮ ਮਹਾਰਾਜ ਗਰੀਬ ਨਿਵਾਜ ਜੀ ਨੇ ਆਖੀ, ਬਚਨ ਤੇ ਸਾਰੇ ਹੀ ਬੜੇ ਉੱਤਮ ਹੈ, ਇਹ ਕਰੀ ਗੱਜ ਕੇ ਸਾਰੇ ਆਖੋ ਵਾਹਿਗੁਰੂ ਵਾਹਿਗੁਰੂ। ਮਹਾਰਾਜ ਕਹਿੰਦੇ ਮਰਦਾਨਾ ਜੀ, ਸੰਤਾਂ ਦੀ ਸੇਵਾ ਕੀਤੀ ਕਦੀ ਵਿਅਰਥ ਨਹੀਂ ਜਾਂਦੀ। ਮਹਾਰਾਜ ਕਹਿੰਦੇ ਸੰਤਾਂ ਦੀ ਸੇਵਾ ਦਾ ਫਲ ਮਿਲਦਾ, ਉੱਤਮ ਫਲ ਮਿਲਦਾ, ਸੰਤਾਂ ਦੀ ਸੇਵਾ ਕਦੀ ਵਿਅਰਥ ਨਹੀਂ ਜਾਂਦੀ, ਇਹਨੂੰ ਫਲ ਜ਼ਰੂਰ ਲੱਗਦਾ ਹੈ। ਹਾਂਜੀ, ਸਵਈਆ ਜੇ ਮਿਲ ਸੰਤਨ ਕਾਲ ਬਿਤਾਵਹਿ ਪਾਵਤ ਸੇ ਸੁਖ ਲੋਕਹਿ ਦੋ। ਮਹਾਰਾਜ ਕਹਿਣ ਲੱਗੇ ਜਿਹੜੇ ਲੋਕ ਸੰਤਾਂ ਨਾਲ ਮਿਲ ਕੇ ਸਮਾਂ ਬਤੀਤ ਕਰਦੇ ਹੈ, ਦੋਵਾਂ ਲੋਕਾਂ 'ਚ ਸੁੱਖ ਪਾਉਂਦੇ ਹੈ। ਇਸ ਜਨਮ 'ਚ ਵੀ ਸੁੱਖ ਮਿਲਿਆ, ਅਗਲੇ ਪਰਲੋਕ ਵਿੱਚ ਵੀ ਸੁੱਖ ਮਿਲਣਾ ਹੈ ਸੰਤਾਂ ਦੀ ਸੇਵਾ ਕਰਕੇ। ਹੁਣ ਸੰਤ ਨਹੀਂ ਲੱਭਦਾ ਤਾਂ ਕੀ ਕਰਨਾ, ਮਹਾਰਾਜ ਦੀ ਸੇਵਾ ਕਰਨੀ ਹੈ, ਸੰਗਤ ਦੀ ਸੇਵਾ ਕਰਨੀ, ਮਹਾਰਾਜ ਨੇ ਆਪੇ ਹੀ ਮਿਲਾ ਦੇਣਾ ਹੈ। ਹਾਂਜੀ, ਨਾਮ ਜਪੈ ਨਿਸ ਬਾਸੁਰ ਮੈਂ ਮਨ ਮਾਰਨ ਤੇ ਗਤ ਪ੍ਰਾਪਤ ਦੁਹੋ। ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸੰਤਾਂ ਦੀ ਸੇਵਾ ਕਰਨ ਵਾਲਾ ਜਿਹੜਾ ਮਨੋ ਸੇਵਾ ਕਰਦਾ ਉਹ ਦਿਨ ਰਾਤ ਨਾਮ ਜਪਣ ਲੱਗ ਪੈਂਦਾ। ਮਹਾਰਾਜ ਕਹਿੰਦੇ ਉਹਦਾ ਮਨ ਮਰ ਜਾਂਦਾ ਕਹਿੰਦੇ। ਹਾਂਜੀ, ਹੈ ਕਲ ਕਾਲ ਮਹਾਤਮ ਨਾਮਕੋ ਸ਼੍ਰੀ ਪ੍ਰਭ ਕੀਰਤ ਗਾਵਹਿ ਸੋ। ਭਾਈ, ਇਸ ਕਲਯੁਗ ਦੇ ਵਿੱਚ ਸਭ ਤੋਂ ਸ਼੍ਰੋਮਣੀ, ਸਭ ਤੋਂ ਵੱਡਾ ਮਹਾਤਮ ਜੇ ਕਿਸੇ ਨੂੰ ਪ੍ਰਾਪਤ ਹੈ ਤਾਂ ਨਾਮ ਨੂੰ ਹੈ, ਨਾਮ ਵੱਡਾ ਹੈ। ਵਾਹਿਗੁਰੂ 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 ਵਾਹਿਗੁਰੂ।
ਨਾਮ ਵੱਡਾ ਨਾਮ, ਨਾਮ ਸਭ ਤੋਂ ਉੱਤਮ ਕੰਮ ਹੈ। ਆ ਹੁਣੇ ਤੁਸੀਂ ਦੋ ਵਾਰੀ ਵਾਹਿਗੁਰੂ ਵਾਹਿਗੁਰੂ ਬੋਲਿਆ, ਸਭ ਤੋਂ ਉੱਤਮ ਕੰਮ ਕੀਤਾ ਜੀ। ਪ੍ਰਭ ਕਾ ਸਿਮਰਨ ਸਭ ਤੇ ਉੱਚਾ। ਹਾਂਜੀ, ਬੰਧਨ ਜੇ ਪਵ ਕੇ ਭਵਦਾਇਕ ਤਾਂ ਉਪਚਾਰ ਹੈ ਔਰ ਨਾ ਕੋ। ਸਭ ਬੰਧਨ ਕੱਟੇ ਜਾਣਗੇ, ਨਾਮ ਤੋਂ ਵੱਡਾ ਹੋਰ ਕੋਈ ਉਪਚਾਰ ਨਹੀਂ ਹੈਗਾ। ਨਾਮ ਤੋਂ ਵੱਡਾ ਹੋਰ ਕੋਈ ਉਪਚਾਰ ਨਹੀਂ ਹੈਗਾ। ਜਿਹੜਾ ਨਾਮ ਜਪਦਾ ਉਹਦੇ ਸਾਰੇ ਬੰਧਨ ਕੱਟੇ ਜਾਂਦੇ। ਸਾਨੂੰ ਹੀ ਭਰੋਸਾ ਨਹੀਂ ਹੈਗਾ ਜੀ, ਸਾਨੂੰ ਭਰੋਸਾ ਨਹੀਂ ਹੈਗਾ। ਇੱਕ USA ਵਿੱਚ ਭਾਈ ਸਾਹਿਬ ਨੇ, ਉਹ ਕਹਿੰਦੇ ਆ, ਆ ਸਿੰਘ ਨੇ ਬਚਨ ਸੁਣਾਇਆ ਸੀ, ਉਹ ਕਹਿੰਦੇ ਮੈਂ ਦਵਾਈ ਨਹੀਂ ਖਾਂਦਾ, ਜਦੋਂ ਕੋਈ ਰੋਗ ਹੋਵੇ ਉੱਚੀ ਉੱਚੀ ਬੋਲ ਬੋਲ ਕੇ ਵਾਹਿਗੁਰੂ ਵਾਹਿਗੁਰੂ ਜਪਣ ਲੱਗ ਪੈਂਦਾ। ਸਰਬ ਰੋਗ ਕਾ ਔਖਦ ਨਾਮ ਨਾਮ। ਹੁਣ ਭਰੋਸਾ, ਉਹ ਕਹਿੰਦੇ ਮੈਂ ਠੀਕ ਹੋ ਜਾਂਦਾ। ਅਤੇ ਮੈਂ ਨਹੀਂ ਕਹਿੰਦਾ ਵੀ ਤੁਸੀਂ ਦਵਾਈ ਨਾ ਖਾਓ, ਸਾਰੀਆਂ ਵਾਹਿਗੁਰੂ ਦੀਆਂ ਬਣਾਈਆਂ ਨੇ, ਰੱਬ ਦੀਆਂ ਬਣਾਈਆਂ ਨੇ। ਪਰ ਜਿਨ੍ਹਾਂ ਦਾ ਭਰੋਸਾ ਹੈ ਉਹ ਹੋਰ ਅੱਗੇ ਚਲੇ ਜਾਂਦੇ ਆ, ਉਹ ਹੋਰ ਅੱਗੇ ਚਲੇ ਜਾਂਦੇ ਆ। ਹਾਂਜੀ, ਦੋਹਰਾ ਇਸ ਪ੍ਰਕਾਰ ਕਹਿ ਬਚਨ ਕੋ ਚਲਤ ਭਏ ਗਤ ਦਾਏ। ਇਸ ਤਰੀਕੇ ਨਾਲ ਬਚਨ ਕਰਕੇ ਮਹਾਰਾਜ ਕਹਿੰਦੇ ਨਾਮ, ਫਿਰ ਸੰਤਾਂ ਦੀ ਸੇਵਾ ਕਰਕੇ ਨਾਮ ਜਪਣ ਨੂੰ ਜੀ ਕਰਦਾ। ਨਾਮ ਹੀ ਸਾਰੇ ਬੰਧਨ ਕੱਟਦਾ, ਨਾਮ ਹੀ ਸਭ ਤੋਂ ਵੱਡੀ ਦਵਾਈ ਹੈ। ਇਹ ਬਚਨ ਕਹੇ ਮਹਾਰਾਜ ਨੇ ਅੱਗੇ ਚਾਲਾ ਪਾ ਦਿੱਤਾ। ਅੱਜ ਸੰਤੋਖ ਸਿੰਘ ਗੁਰ ਚਰਨ ਕਰਕੇ ਪੂਰਨ ਧਿਆਏ। ਭਾਈ ਸੰਤੋਖ ਸਿੰਘ ਜੀ ਕਹਿੰਦੇ ਆ, ਭੱਜ ਸੰਤੋਖ ਸਿੰਘ ਗੁਰ ਚਰਨ ਕਰਕੇ ਪੂਰਨ ਧਿਆਏ। ਕਹਿੰਦੇ ਅਧਿਆਏ ਪੂਰੇ ਹੋ ਗਏ, ਪੂਰਾ ਹੋ ਗਿਆ। ਸੰਤੋਖ ਸਿੰਘ ਹੁਣ ਕਲਮ ਰੱਖ ਤੇ ਗੁਰੂ ਨਾਨਕ ਸਾਹਿਬ ਦੇ ਚਰਨਾਂ ਨੂੰ ਧਿਆਉਣ ਲੱਗ ਪਏ। ਕਥਾ ਹੁਣ ਤੁਸੀਂ ਵੀ ਸੁਣ ਲਈ, ਅਧਿਆਏ ਪੂਰਾ ਹੋ ਗਿਆ, ਹੁਣ ਕੀ ਕਰਨਾ? ਮਹਾਰਾਜ ਦੇ ਚਰਨਾਂ ਦਾ ਧਿਆਨ ਧਰਨਾ। ਗੱਜ ਕੇ ਆਖੋ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ, ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ, ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਸ੍ਰੀ ਗੁਰੂ ਨਾਨਕ ਦੇਵ ਸਾਹਿਬ। ਆਪ ਨਾਰਾਇਣ ਕਲਾ ਧਾਰ, ਆਪ ਨਾਰਾਇਣ ਕਲਾ ਧਾਰ, ਆਪ ਨਾਰਾਇਣ ਕਲਾ ਧਾਰ, ਆਪ ਨਾਰਾਇਣ ਕਲਾ ਧਾਰ, ਆਪ ਨਾਰਾਇਣ, ਆਪ ਨਾਰਾਇਣ, ਆਪ ਨਾਰਾਇਣ, ਆਪ ਨਾਰਾਇਣ, ਆਪ ਨਾਰਾਇਣ ਕਲਾ ਧਾਰ, ਆਪ ਨਾਰਾਇਣ ਕਲਾ ਧਾਰ, ਜਗ ਮਹਿ ਪਰਵਰਿਓ, ਜਗ ਮਹਿ ਪਰਵਰਿਓ, ਜਗ ਮਹਿ ਪਰ, ਜਗ ਮਹਿ ਪਰਵਰਿਓ, ਆਪ ਨਾਰਾਇਣ। ਕਵੀ ਸੰਤੋਖ ਸਿੰਘ ਜੀ ਕਹਿੰਦੇ ਹੁਣ ਅਧਿਆਏ ਪੂਰਾ ਹੋ ਗਿਆ, ਪ੍ਰਸੰਗ ਪੂਰਾ ਹੋ ਗਿਆ। ਸੰਤੋਖ ਸਿੰਘ, ਕਲਮ ਰੱਖ ਤੇ ਗੁਰੂ ਨਾਨਕ ਸਾਹਿਬ ਦੀ ਚਰਨਾਂ 'ਚ ਜੁੜ ਜਾ। ਜਦੋਂ ਮਨ ਕਰਦਾ ਸੀ, ਕਮਰਾ ਬੰਦ ਕਰ ਲੈਂਦੇ ਸੀ, ਕਿਸੇ ਨੂੰ ਅੰਦਰ ਨਹੀਂ ਸੀ ਆਉਣ ਦਿੰਦੇ, ਜਪਜੀ ਸਾਹਿਬ ਕਰਨ ਲੱਗ ਪੈਂਦੇ ਹੁੰਦੇ ਸੀਗੇ। ਪਿਆਰਿਓ, ਮਹਾਰਾਜ ਸੱਚੇ ਪਾਤਸ਼ਾਹ ਦੇ ਪ੍ਰਤੱਖ ਦਰਸ਼ਨ ਹੋ ਜਾਂਦੇ ਸਨ ਜੀ।
ਮਹਾਰਾਜ ਗਰੀਬ ਨਵਾਜ ਕਿਰਪਾ ਕਰਨ। ਆਓ, ਦੋ ਮਿੰਟ ਰਹਿ ਗਏ ਆ। ਤਾਂ ਮਹਾਰਾਜ ਕਹਿੰਦੇ, ਮਰਦਾਨਿਆ ਨਾਮ ਹੀ ਦਵਾਈ ਹੋ, ਇਹਦੇ ਤੋਂ ਉੱਤੇ ਦਵਾਈ ਨਹੀਂ ਹੈ। ਮਹਾਰਾਜ ਗਰੀਬ ਨਵਾਜ ਕਹਿੰਦੇ ਆ, ਸੱਚੇ ਪਾਤਸ਼ਾਹ ਬਾਣੀ ਵਿੱਚ ਕਹਿੰਦੇ, ਸਰਬ ਰੋਗ ਕਾ ਔਖਦ ਨਾਮ, ਸਾਰੇ ਰੋਗਾਂ ਦੀ ਦਵਾਈ ਕੀ ਹੈ? ਨਾਮ। ਪਰ ਭਰੋਸੇ ਨਾ ਲੱਗਣਾ ਪੈਂਦਾ ਜੀ। ਹੁਣ ਭਰੋਸੇ ਨਾਲ ਲੱਗਿਆ ਨਹੀਂ ਜਾਂਦਾ ਤੇ ਗੱਲ ਬਣਦੀ ਨਹੀਂ ਹੈ। ਜਿਸ ਦਿਨ ਭਰੋਸਾ ਹੋਏਗਾ ਉਦਣ ਨਾਮ ਦਵਾਈ ਬਣ ਕੇ ਵਿਖਾਏਗਾ। ਆਓ, ਦੋ ਚਾਰ ਮਿੰਟ ਜਾਪ ਕਰ ਲਈਏ। ਸਾਰੇ ਪ੍ਰੇਮ ਨਾਲ ਨੇਤਰ ਬੰਦ ਕਰਕੇ ਗੱਜ ਕੇ ਆਖੋ, ਵਾਹਿਗੁਰੂ ਭਾਵਨਾ ਨਾਲ ਜਪ ਲਈਏ ਵੀ ਦਵਾਈ ਅੰਦਰ ਜਾ ਰਹੀ ਹੈ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਮਹਾਰਾਜ ਕਿਰਪਾ ਕਰਨ ਨਾਮ ਜਪਣ ਦਾ ਚਾਹ ਬਣੇ ਚਾਹ ਨਾਲ ਕਰਹੇ ਭਗਤ ਆਤਮ ਕਹਿ ਚਾਹੇ ਪ੍ਰਭ ਬਣੇ ਸਿਉਂ ਰਹੇ ਸਮਾਏ। ਮਹਾਰਾਜ ਕਹਿੰਦੇ ਜਦੋਂ ਤੂੰ ਚਾਹ ਨਾਲ ਭਗਤੀ ਕਰੇਗਾ ਉਹਦੇ ਵਿੱਚ ਹੀ ਸਮਾ ਜਾਏਗਾ। ਹੋਈਆਂ ਭੁੱਲਾਂ ਚੁੱਕਣ ਦੀ ਖਿਮਾ ਬਖਸ਼ਿਸ਼ ਕਰਨੀ। ਦੋਵੇਂ ਹੱਥ ਜੋੜ ਕੇ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।